ਸੱਜਣੋ ਅਤੇ ਮਿੱਤਰੋ, ਪੰਜਾਬ ਦੀਆਂ ਵੰਡ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਦੇ ਵਿੱਚ ਮੈਂ ਕੁਝ ਆਰਟੀਕਲ ਇੱਕ ਹੈ ਉਹ ਸ਼ੇਅਰ ਕਰਨ ਲੱਗਾ ਤੁਹਾਡੇ ਨਾਲ, ਜਿਹੜਾ ਪੰਜਾਬ ਦੇ ਬਾਰੇ PMLN ਦੇ ਵਿੱਚੋਂ ਇੱਕ ਫੈਕਸ਼ਨ ਜਿਹੜਾ ਵੱਖ ਹੋ ਕੇ ਅਤੇ ਪੰਜਾਬ ਦੀ ਵੰਡ ਦਾ ਇੱਕ ਫਰੰਟ ਜਿਹੜਾ ਇਹਨਾਂ ਨੇ ਬਣਾਇਆ ਸੂਬੇ ਵਾਸਤੇ, ਉਹਦਾ ਜਿਹੜਾ ਉਹਨੂੰ ਜਿਹੜਾ ਹੈੱਡ ਕੀਤਾ ਜਾ ਰਿਹਾ, ਜਿਹੜਾ ਬੰਦਾ ਉਹਨੂੰ ਉਹਨਾਂ ਨੇ ਉੱਥੇ ਬਿਠਾਇਆ ਅੱਗੇ ਕਰ ਕੀਤਾ ਹੈ ਫਰੰਟ 'ਤੇ, ਉਹਨਾਂ ਸਾਹਿਬ ਦਾ ਨਾਂ ਹੈ ਮੀਰ ਬਲਖ ਸ਼ੇਰ ਮਜ਼ਾਰੀ। ਮੀਰ ਬਲਖ ਸ਼ੇਰ ਮਜ਼ਾਰੀ ਸਾਹਿਬ ਜਿਹੜੇ ਨੇ, ਇਹ ਤੁਹਾਨੂੰ ਪਤਾ ਕਿ ਡੀਜੀ ਖਾਨ ਔਰ ਰਾਜਨਪੁਰ ਦਾ ਜਿਹੜਾ ਰੀਜਨ ਹੈ, ਖਾਸ ਤੌਰ 'ਤੇ ਡੀਜੀ ਖਾਨ ਜਿਹੜਾ ਹੈ ਪੰਜਾਬ ਦੇ ਨਾਲ ਔਰ ਸਿੰਧ ਦੇ ਨਾਲ ਹੈ, ਜਿਹੜਾ ਇੱਕ ਤਿੰਨ ਸੂਬਿਆਂ ਦਾ ਇੱਕ ਮਤਲਬ ਜ਼ੋਨ ਬਣਦਾ ਹੈ ਜਿਹੜਾ ਇਹ ਬਾਰਡਰ ਰੀਜਨ ਹੈ। ਅਤੇ ਇੱਥੋਂ ਜਿਹੜੇ ਬਲੋਚ ਕਲੱਸਟਰ ਜਿਹੜਾ ਪੰਜਾਬ ਦੇ ਅੰਦਰ ਇੱਥੇ ਇਹਨਾਂ ਦਾ ਜਿਹੜਾ ਸੈਟਲਮੈਂਟ ਹੈ ਉਹ ਉਹਦੀ ਵਜ੍ਹਾ ਤੋਂ ਪੰਜਾਬੀ ਜਿਹੜਾ ਲੈਂਗੁਏਜ ਔਰ ਕਲਚਰ ਹੈ ਉਹਦੀ ਇਹਨਾਂ 'ਤੇ ਛਾਪ, ਗੂੜੀ ਛਾਪ ਹੈ। ਲੇਕਿਨ ਸਾਰੀ ਗੱਲ ਹੈ ਕਿ ਰਿਆਸਤ ਦੇ ਵਿੱਚ ਜਿਹੜੀ ਪੰਜਾਬੀ ਦੀ ਹਾਲਤ ਹੈ ਕਿ ਰਿਆਸਤੀ ਦਹਿਸ਼ਤਗਰਦੀ ਦੀ ਵਜ੍ਹਾ ਤੋਂ ਪੰਜਾਬੀ ਲੈਂਗੁਏਜ ਔਰ ਕਲਚਰ ਨੂੰ ਔਰ ਇਹਦੇ ਨਾਲ ਲੋਕਾਂ ਦੀ ਜੁੜਤ ਕਦੀ ਨਹੀਂ ਹੋਣ ਦਿੱਤੀ ਗਈ ਔਰ ਇਹਨਾਂ ਨੂੰ ਹਮੇਸ਼ਾ ਜਿਹੜਾ ਹੈ ਸਪਰੈਸ ਕਰਕੇ ਰੱਖਿਆ ਗਿਆ, ਤਾਂ ਉਹਦਾ ਕਰਕੇ ਜਿਹੜਾ ਪੰਜਾਬੀ ਆਈਡੈਂਟੀਟੀ ਦੀ ਜਿਹੜੀ ਕ੍ਰਾਈਸਿਸ ਹੈ ਉਹਦਾ ਕਰਕੇ ਜਿਹੜਾ ਨਾ ਸਿਰਫ ਸਾਰੇ ਪੰਜਾਬ ਬਲਕਿ ਇਹ ਜਿਹੜਾ ਇਹਦਾ ਅਸਰ ਹੈ ਇੱਥੇ ਤੱਕ ਵੀ ਹੈ। ਔਰ ਇਸ ਅਸਰ ਦਾ ਕਰਕੇ ਅਸੀਂ ਦੇਖਦੇ ਹਾਂ ਕਿ 60s ਦੇ ਵਿੱਚ ਜਿਹੜੀ ਸਰਾਇਕੀ ਸੋ ਕਾਲਡ ਮੂਵਮੈਂਟ ਖੜ੍ਹੀ ਕੀਤੀ ਜਾਂਦੀ ਹੈ ਉਹਦੇ ਵਿੱਚ ਬਲੋਚ ਜਿਹੜਾ ਪੰਜਾਬ ਦੇ ਵਿੱਚ ਆਬਾਦਕਾਰ ਹੈ ਉਹ ਸਭ ਤੋਂ ਅੱਗੇ ਅੱਗੇ ਪੇਸ਼ ਸਾਨੂੰ ਨਜ਼ਰ ਆਉਂਦਾ ਹੈ। ਅਤੇ ਇਸ ਆਬਾਦਕਾਰ ਜਿਹੜਾ ਹੈ ਇਸ ਉਹਦੀ ਜਿਹੜੀ ਖਿਦਮਾਤ ਨੇ ਉਹਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹਦੇ ਵਿੱਚ ਸਾਰੇ ਹੀ ਥੱਲੇ ਲੈਵਲ ਤੋਂ ਉੱਤਰਲੇ ਲੈਵਲ ਤੱਕ, ਯਾਨੀ ਜਿਹੜੀ ਵਰਕਿੰਗ ਕਲਾਸ ਉਸ ਤੋਂ ਲੈ ਕੇ ਉੱਤੇ ਜਿਹੜਾ ਲੋਚ ਰੂਲਿੰਗ ਅਲੀਟ ਹੈ ਔਰ ਉਹਨਾਂ ਦੇ ਜਿਹੜੇ ਸਰਦਾਰ ਨੇ ਜਿਹੜੇ ਜੱਦੀ ਸਰਦਾਰ ਨੇ ਉਹ ਇਹਦੇ ਵਿੱਚ ਪੇਸ਼ ਨੇ ਅਤੇ ਉਹ ਉਹਨਾਂ ਨੇ ਸ਼ੁਰੂ ਤੋਂ ਖਿਦਮਾਤ ਦਿੱਤੀਆਂ ਨੇ। ਅਤੇ ਇਹ ਮੀਰ ਬਲਖ ਸ਼ੇਰ ਮਜ਼ਾਰੀ ਸਾਹਿਬ ਦਾ ਕੁਛ ਅਰਸਾ ਪਹਿਲੇ ਇਹ 20 ਸਪਟੰਬਰ ਨੂੰ ਜਿਹੜਾ 2017 ਦੇ ਵਿੱਚ ਇੱਕ ਆਰਟੀਕਲ ਮੈਂ ਦੇਖਿਆ ਸੀ ਅਤੇ ਮੈਨੂੰ ਯਾਦ ਆਇਆ ਕਿ ਮੈਂ ਚਲੋ ਇਹਨੂੰ ਪੜ੍ਹਦੇ ਹਾਂ ਤਾਂ ਇਹਨੂੰ ਵੀ ਡਿਸਕਸ ਕਰਦੇ ਹਾਂ। ਅਤੇ ਇਹਦੀ ਡਿਸਕਸ਼ਨ ਤੋਂ ਪਹਿਲੇ ਮੈਂ ਸਮਝਦਾ ਕਿ ਜਿਹੜਾ ਮੀਡੀਆ ਵਨ ਸਾਈਡਡ ਜਿਹੜਾ ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ ਲੱਗਾ ਪਿਆ ਹੈ ਪ੍ਰੋਪੀਗੈਂਡੇ ਦੇ ਵਿੱਚ, ਉਹਨੂੰ ਵੀ ਅਸੀਂ ਜ਼ਰਾ ਸੁਣ ਲਈਏ ਔਰ ਡਿਸਕਸ ਕਰੀਏ। ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਹੜਾ ਉਰਦੂ ਸਪੀਕਿੰਗ ਯਾਨੀ ਜਿਹੜੇ ਉਹਨਾਂ ਦੇ ਜਰਨਲਿਸਟ ਉਹਨਾਂ ਦਾ ਮੀਡੀਆ ਉਹ ਤਾਂ ਪਹਿਲੇ ਦਿਨ ਤੋਂ ਹੀ ਇਸ ਕੰਮ 'ਚ ਲੱਗਾ ਹੈ, ਲੇਕਿਨ ਜਿਹਨਾਂ ਲੋਕਾਂ ਦੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਮੀਡੀਆ ਲੈ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੇ ਨੇ ਪੰਜਾਬ ਦੇ ਰਹਿਣ ਵਾਲੇ ਉਹਨਾਂ ਦੇ ਵਿੱਚ ਇਹ ਜਿਹੜੇ ਕੁਛ ਪੇਸ਼ ਅੱਜ ਕੱਲ੍ਹ ਨੇ ਉਹਦੇ ਵਿੱਚੋਂ ਮੈਂ ਦੋ ਬੰਦੇ ਜਿਹੜੇ ਨੇ ਉਹ ਇੱਕ ਉਹਦੇ ਉੱਤੇ ਪ੍ਰੋਗਰਾਮ ਕਰਦੇ ਨੇ ਅਤੇ ਉਹਨਾਂ 'ਚ ਗਰੂਫ ਕਲਾਸਰਾ ਨਾਮ ਦਾ ਇਹ ਜਰਨਲਿਸਟ ਹੈ, ਦੂਸਰਾ ਜਿਹੜਾ ਕੋਈ ਮਤੀਨ ਹੈ ਉਹ ਜਿਹੜਾ ਟਟੋਲੀ ਵਾਂਗ ਜਿਹੜਾ ਉਹ ਗੱਲ ਕਰੇਗਾ ਅਤੇ ਇਹ ਜਿਹੜਾ ਸਾਹਿਬ ਹੈ ਇਹਦੀ ਗੱਲ ਵੀ ਸੁਣਦੇ ਹਾਂ। ਇਹ ਸਾਰਿਆਂ ਨੂੰ ਪਤਾ ਹੈ ਕਿ ਇਹ ਆਪਣੇ ਆਪ ਨੂੰ ਸਰਾਇਕੀ ਕਹਾਉਂਦਾ ਹੈ, ਪੰਜਾਬੀ ਕਹਿਣ 'ਤੇ ਇਹਨੂੰ ਸ਼ਰਮ ਆਉਂਦੀ ਹੈ ਔਰ ਉਹਦੇ ਪਿੱਛੇ ਉਹੀ ਫੈਕਟਰ ਹੈ ਜਿਹੜਾ ਮੈਂ ਪਹਿਲੇ ਬਿਆਨ ਕੀਤਾ। ਅਤੇ ਇਹ ਜਿਹੜਾ ਹੈ ਮਤਲਬ ਪੰਜਾਬ 'ਚ ਰਹਿ ਕੇ ਇਹਨਾਂ ਦੀ ਇਹ ਜ਼ਰੂਰਤ ਹੈ ਕਿ ਇਹ ਪੰਜਾਬ ਦੀਆਂ ਵੰਡਦੀਆਂ ਇਸ ਤਰੀਕੇ ਨਾਲ ਗੱਲਾਂ ਕਰਨ ਉਸ ਬੇਸ ਦੇ ਉੱਤੇ ਜਿਹਦੀ ਕੋਈ ਹਿਸਟੋਰੀਕਲ ਜਾਂ ਲਿੰਗੁਇਸਟਿਕ ਔਰ ਕਲਚਰ ਫੁਟਿੰਗ ਹੀ ਨਹੀਂ, ਜਿਹਦੀ ਕੋਈ ਗਰਾਊਂਡ ਹੀ ਨਹੀਂ, ਜਿਹਦੀ ਕੋਈ ਬੇਸਿਸ ਹੀ ਨਹੀਂ, ਇੱਕ ਮਿਥ ਜਿਹੜੀ ਹੈ ਉਹਨੂੰ ਕਨਕੋਕਸ਼ਨ ਉਹਦੀ ਕਰਕੇ ਅਤੇ ਉਹਨੂੰ ਜਿਹੜਾ ਅੱਗੇ ਪੇਸ਼ ਕਰਦੇ ਰਹੇ ਨੇ ਲੋਕ ਸ਼ੁਰੂ ਤੋਂ। ਅਤੇ ਅੱਗਿਓਂ ਸਾਰੀ ਗੱਲ ਕਦੀ ਚੈਲੰਜ ਦਾ ਸਾਹਮਣਾ ਨਹੀਂ ਕਰਨਾ ਪਿਆ ਔਰ ਜਿੱਥੇ ਇਹਨਾਂ ਨੂੰ ਸੋਸ਼ਲ ਮੀਡੀਆ 'ਤੇ ਜਦੋਂ ਕਿਉਂਕਿ ਸਰ ਹੁਣ ਲੋਕ ਤਕਰੀਬਨ ਸੋਸ਼ਲ ਮੀਡੀਆ ਵੱਲ ਜ਼ਿਆਦਾ ਉਹਨਾਂ ਦਾ ਆਮ ਲੋਕਾਂ ਦਾ ਜਿਹੜਾ ਟ੍ਰੈਂਡ ਹੈ ਉੱਧਰ ਬਣ ਗਿਆ ਅਤੇ ਇਹ ਸੋਸ਼ਲ ਮੀਡੀਆ 'ਤੇ ਵੀ ਆਉਂਦੇ ਨੇ ਅਤੇ ਆਪਣੀ ਜਿਹੜੀ ਹੈ ਉਹ ਪ੍ਰੋਡਕਟ ਜਿਹੜੀ ਹੈ ਜਾਲੀ ਪ੍ਰੋਡਕਟ ਉਹ ਵੇਚਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਉੱਥੇ ਜਿੱਦਾਂ ਉੱਥੇ ਜੇ ਇਹਨਾਂ ਨੂੰ ਕਿਤੇ ਸਾਡੇ ਵਰਗਿਆਂ ਦਾ ਕਿਸੇ ਲੌਜਿਕ ਔਰ ਉਹਦੇ ਆਪਣਾ ਰੀਜ਼ਨਿੰਗ ਦੇ ਨਾਲ ਜਦੋਂ ਗੱਲ ਕਰਨੀ ਪੈ ਜਾਵੇ ਤਾਂ ਉੱਥੋਂ ਨੱਸ ਜਾਂਦੇ ਨੇ, ਗੁੱਸਾ ਕਰ ਜਾਂਦੇ ਨੇ ਜਾਂ ਬਲੌਕ ਕਰ ਦਿੰਦੇ ਨੇ ਜਾਂ ਫਿਰ ਨੱਸ ਜਾਂਦੇ ਨੇ।
ਅਤੇ ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਪਹਿਲੇ ਆਪਣੀ ਆਈ ਡੀ ਦੇ ਵਿੱਚ ਐਡ ਕੀਤਾ ਹੋਇਆ ਸੀ, ਲੇਕਿਨ ਮਗਰੋਂ ਫਿਰ ਜਦੋਂ ਮੈਂ ਰੀਜ਼ਨਿੰਗ 'ਤੇ ਇਹਨਾਂ ਨੂੰ ਕੁਐਸਚਨ ਕੀਤੇ ਤਾਂ ਫਿਰ ਇਹਨਾਂ ਨੇ ਮੈਨੂੰ ਬਲਾਕ ਕੀਤਾ, ਫਿਰ ਇਹਨਾਂ ਨੇ ਪੇਜ ਬਣਾ ਲਿਆ। ਪੇਜ ਦੇ ਉੱਤੇ ਵੀ ਮਾਸ਼ਾਅੱਲਾ ਮੇਰੇ ਵਾਸਤੇ ਓਨਰ ਹੈ ਕਿ ਇਹਨਾਂ ਨੇ ਮੇਰੇ ਕਮੈਂਟਸ ਬਲਾਕ ਕੀਤੇ ਨੇ, ਅਤੇ ਜਿਹੜਾ ਹੈ ਆਪਣਾ ਅੱਗੇ ਅਗਰ ਦੇਖੀਏ ਤਾਂ ਇਹ ਜਿਹੜਾ ਹੈ ਮਤਲਬ ਕੀ ਗੱਲ ਕਰਦੇ ਨੇ ਤੁਹਾਨੂੰ ਅਸੀਂ ਸੁਣਦੇ ਹਾਂ ਜਿਹੜੀ ਗੱਲ ਕਰ ਰਹੇ ਨੇ, ਅਤੇ ਉਹਦੇ ਬਾਰੇ 'ਚ ਫਿਰ ਗੱਲ ਕਰਾਂਗੇ। ਹੁਣ ਇਹ ਦੇਖੋ ਇੱਥੇ ਇਹ ਜਦੋਂ ਸਰੈਕੀ ਮਹਾਜ ਬਣਿਆ ਸੀ ਇਸ ਜਨੂਬੀ ਪੰਜਾਬ ਦੇ ਸੂਬੇ ਵਾਸਤੇ, ਅਤੇ ਸਰ ਇਹ ਜਿਹੜਾ ਇਹਨਾਂ ਨੇ ਗੱਲ ਕੀਤੀ ਸੀ ਉਹਦੇ 'ਤੇ ਅਸੀਂ ਸੁਣੀਏ, ਫਿਰ ਉਹਦੇ ਬਾਰੇ 'ਚ ਕਮੈਂਟ ਕਰਦੇ। ਮਜਬੂਰ ਹਾਲਾਂਕਿ ਪੋਲੀਟੀਕਲ ਕ੍ਰੈਡੈਂਸ਼ੀਅਲਸ ਨਹੀਂ ਹੈ, ਉਸ ਪਰ ਬਾਤ ਕਰਤੇ ਹਮ, ਹਾਲਾਂਕਿ ਮੈਂ ਤੋ ਉਨ ਲੋਕੋ ਸੇ ਮੁਤਾਸਿਰ ਨਹੀਂ ਹੂੰ ਜੋ ਲੀਡ ਕਰ ਰਹੇ ਥੇ, ਲੇਕਿਨ ਮੈਂ ਜਿਨਸੇ ਮੁਤਾਸਿਰ ਹੂੰ ਜਿਸਕੀ ਵਜ੍ਹਾ ਸੇ ਮੈਂ ਥੋੜਾ ਸਾ ਆਪ ਕਹਿ ਸਕਤੇ ਹੈ, ਮੁਝੇ ਕਹਿਣੇ ਮੇਂ ਹਰਜ ਨਹੀਂ ਹੈ, ਮੈਂ ਆਪਣੀ ਓਪੀਨੀਅਨ ਕੋ ਜ਼ਰਾ ਇਤਨਾ ਸਖਤ ਨਹੀਂ ਕਰ ਰਹਾ, ਮੈਂ ਸੀਰੀਅਸਲੀ ਉਸਕੋ ਦੇਖ ਰਹਾ ਹੂੰ, ਜੈਸੇ ਆਮਿਰ ਸਾਹਿਬ ਨੇ ਕਿਹਾ ਵੋ ਮੀਰ ਬਲਖ ਸ਼ੇਰ ਮਜ਼ਾਰੀ ਹੈ। ਜੀ ਮੀਰ ਸਾਹਿਬ ਜੋ ਹੈ ਮੇਰੀ ਕੋ ਉਨਸੇ ਕੋਈ ਜ਼ਾਤੀ ਕਭੀ ਕੋਈ ਮੁਲਾਕਾਤ ਨਹੀਂ ਹੋਈ ਮੀਰ ਬਲਖ ਸ਼ੇਰ ਮਜ਼ਾਰੀ ਸਾਹਿਬ ਸੇ, ਲੇਕਿਨ ਉਨਕਾ ਸੂਬੇ ਕਾ ਜੋ ਮੁਤਾਲਬਾ ਹੈ ਨਾ ਇਹ ਆਜ ਕਾ ਨਹੀਂ ਹੈ, ਸੋ ਉਨਕੋ ਯੇ ਬਲੇਮ ਨਹੀਂ ਕੀਆ ਜਾ ਸਕਤਾ ਕਿ ਮੀਰ ਬਲਖ ਸ਼ੇਰ ਸਾਹਿਬ ਜੋ ਹੈ ਨਾ ਆਜ ਕੋ ਉਨਕੋ ਜ਼ਾਤੀ ਪੋਲੀਟੀਕਲ ਫਾਇਦਾ ਨਜ਼ਰ ਆ ਗਿਆ ਤੋ ਆ ਗਏ, ਨੋ ਉਨਕੀ ਵਜ੍ਹਾ ਸੇ ਮੁਤਬਰੀ ਆ ਗਈ, ਮੁਤਬਰੀ ਹੈ, ਯੈਸ ਬਸ ਕਾ ਟਟੋਲੀ ਇਹ ਵਿੱਚ ਹੁਣ ਬੋਲ ਪਈ। ਪਹਿਲੇ ਦੀ ਗੱਲ ਕਰੀਏ, ਇਹ ਦੇਖੋ ਨਾ ਇਹ ਜਿਹੜਾ ਉਹ ਫਰੰਟ ਬਣਿਆ ਹੈ ਸੂਬੇ ਵਾਸਤੇ ਉਹਦੇ ਵਿੱਚ ਸਾਰੇ ਦੂਸਰਿਆਂ ਨੂੰ ਤਾਂ ਸਾਰੀ ਗੱਲ ਹੈ, ਇੱਥੇ ਤਾਂ ਪੰਜਾਬ ਦੇ ਉਹ ਜਿਹੜੇ ਸੈਟਲਰ ਨੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਅਰਬ ਸੈਟਲਰ ਜਿਹੜੇ ਮਖਦੂਮ ਆਪਣੇ ਆਪ ਨੂੰ ਕਹਾਉਂਦੇ ਨੇ ਔਰ ਪਿੱਛੇ ਆਪਣੇ ਨਾਤੇ ਅਰਬ ਨਾਲ ਜੋੜਦੇ ਨੇ, ਔਰ ਫਿਰ ਦੂਸਰੇ UPITN ਸੈਟਲਰ ਔਰ ਫਿਰ ਦੂਸਰੇ ਉਹਨਾਂ ਨੂੰ ਤਾਂ ਮੈਂ ਸੈਟਲਰ ਨਹੀਂ ਕਹਿੰਦਾ, UPITN ਇਨਫਿਲਟਰੇਟਰ ਮੈਂ ਕਹਿੰਦਾ ਹੁੰਦਾ ਕਿ ਉਹ ਇਨਫਿਲਟਰੇਟ ਕਰਕੇ ਉਹਨਾਂ ਦੀ ਸੈਟਲਮੈਂਟਸ ਬਾਅਦ ਦੇ ਵਿੱਚ ਬਕਾਇਦਾ ਰਿਆਸਤ ਨੇ ਕੀਤੀਆਂ, ਉਹ ਅਤੇ ਬਲੋਚ ਸੈਟਲਰ। ਹੁਣ ਬਲੋਚ ਜਿਹੜੇ ਸੈਟਲਰ ਨੇ ਉਹਨਾਂ ਦੇ 'ਚੋਂ ਖਾਸ ਤੌਰ 'ਤੇ ਮੀਰ ਬਲਖ ਸ਼ੇਰ ਮਜ਼ਾਰੀ ਕੋਲੋਂ ਰਊਫ ਕਲਾਸਰਾ ਦੀ ਪੰਜਾਬੀਆਂ ਵਾਂਗ ਜਾਨ ਨਿਕਲਦੀ ਹੈ, ਇਸ ਵਾਸਤੇ ਜਾਨ ਨਿਕਲਦੀ ਉਹਦੀ ਉਹਦਾ ਜਿਹੜਾ ਸਟੇਟਸ ਹੈ, ਯਾਨੀ ਉਹ ਮੀਰ ਬਲਖ ਸ਼ੇਰ ਮਜ਼ਾਰੀ ਸਾਹਿਬ ਜਿਹੜੇ ਨੇ ਇਹ ਆਪਣੇ ਬਜ਼ਾਰੀ ਕਬੀਲੇ ਦੇ ਸਰਦਾਰ ਨੇ, ਔਰ ਦੂਸਰਾ ਇਹ ਕਿ ਇਹ ਉਹ ਬਲੋਚਿਸਤਾਨ ਦੇ ਜਦੋਂ ਦੂਸਰੇ ਸੂਬਿਆਂ ਦੇ ਨਾਲ ਮਾਮਲਾਤ ਪੁਰਾਣੇ ਵੇਲੇ ਦੇ ਵਿੱਚ ਤੈਅ ਪਾਉਂਦੇ ਸਨ ਤਾਂ ਇਹ ਬਲੋਚਿਸਤਾਨ ਨੂੰ ਰਿਪ੍ਰਜੈਂਟ ਕਰਦੇ ਸਨ, ਯਾਨੀ ਬਲੋਚਿਸਤਾਨ ਦੇ ਜਿਹੜੇ ਬਲੋਚ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਬਿਹਾਫ ਦੇ ਉੱਤੇ ਇਹ ਫਿਰ ਉਹਨਾਂ ਨੇ ਇਹਨਾਂ ਨੂੰ ਅੱਗੇ ਕੀਤਾ ਹੋਇਆ ਸੀ ਕਿ ਇਹ ਬਲੋਚਿਸਤਾਨ ਦੇ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਦੂਸਰੇ ਸੂਬਿਆਂ ਦੇ ਨਾਲ ਉਹ ਉਹਨਾਂ ਨੂੰ ਉਹਨਾਂ ਵਾਸਤੇ ਜਿਹੜਾ ਉਹਨਾਂ ਨੂੰ ਡਿਫੈਂਡ ਕਰਨ ਵਾਸਤੇ ਗੱਲ ਕਰਨ। ਅਤੇ ਪਹਿਲੀ ਗੱਲ ਤਾਂ ਹੈ ਕਿ ਜੀ ਮੀਰ ਬਲਖ ਸ਼ੇਰ ਮਜ਼ਾਰੀ ਸਾਹਿਬ ਜਿਹੜੇ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਇੱਕ ਜਿਹੜਾ ਉਹ ਅਸੀਂ ਦੇਖਦੇ ਹਾਂ ਕਿ ਇੱਕ ਕਲਿੱਪ ਅਸੀਂ ਦੇਖਿਆ ਸੀ ਉਹਦੇ ਵਿੱਚ ਉਹ ਅਵੈਸ ਲਗਾਰੀ ਨੇ ਉਹ ਗੱਲ ਸਹੀ ਕੀਤੀ, ਅਵੈਸ ਲਗਾਰੀ ਪੋਲੀਟੀਕਲੀ ਉਹਦੇ 'ਚ ਹਜ਼ਾਰ ਖਾਮੀਆਂ ਸਹੀ, ਲੇਕਿਨ ਜਿਹੜੀ ਉਹਦੀ ਗੱਲ ਉਹਨੇ ਗੱਲ ਕੀਤੀ ਉਹ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਚੈਨਲ ਦੇ ਉੱਤੇ ਕਿ ਮੈਂ ਜਿਹੜਾ ਬਲੋਚ ਹਾਂ, ਮੈਨੂੰ ਸਰੈਕੀ ਸਰੈਕੀ ਕੋਈ ਨਾ ਆਖੋ, ਮੈਂ ਕਿਉਂਕਿ ਬਲੋਚ ਹਾਂ ਅਤੇ ਮੈਂ ਬਲੋਚਿਸਤਾਨ ਦੇ ਜਾਂ ਬਲੋਚਿਸਤਾਨ ਦੀ ਤਾਂ ਨਹੀਂ ਗੱਲ ਬਲੋਚ ਹੋਣ ਦੀ ਹੈਸੀਅਤ ਨਾਲ ਮੈਨੂੰ ਜਿਹੜੀ ਮੇਰੀ ਆਈਡੈਂਟੀ ਹੈ, ਇਹ ਗੱਲ ਉਹਦੀ ਮਤਲਬ ਬਿਲਕੁਲ ਸਹੀ ਹੈ। ਮੀਰ ਬਲਖ ਸ਼ੇਰ ਮਜ਼ਾਰੀ ਜਿਹੜਾ ਇਹ ਵੀ ਬਲੋਚ ਹੈ। ਹੁਣ ਜਿੱਥੇ ਤਾਈਂ ਬਲੋਚ ਹੋਣ ਦੀ ਗੱਲ ਹੈ ਉਹਦੇ ਵਿੱਚ ਕਲਾਸਰੇ ਨੂੰ ਪਤਾ ਹੈ ਕਿ ਜਿਹੜਾ ਬਲੋਚ ਹੈ ਇਹਦੇ ਬਾਰੇ 'ਚ ਮੈਂ ਕੋਈ ਕੱਲ੍ਹ ਨੂੰ ਇੱਦਾਂ ਦੀ ਪੁੱਠੀ ਸਿੱਧੀ ਗੱਲ ਕੀਤੀ ਅਤੇ ਬਲੋਚ ਤਾਂ ਸਾਰੇ ਦੇ ਮਗਰ ਹੋਣਗੇ, ਖਾਸ ਤੌਰ 'ਤੇ ਕਿ ਬਲੋਚ ਉਹ ਬਲੋਚਿਸਤਾਨ ਦੇ ਜਿਹੜੇ ਜੈਨੂਅਨ ਜਿਹੜੇ ਧਰਤੀ ਦੇ ਵਾਸੀ ਨੇ ਪੁੱਤਰ ਨੇ, ਅਤੇ ਉਹਨਾਂ ਕੋਲੋਂ ਤਾਂ ਕਲਾਸਰਾ ਕੀ ਬੜੇ ਬੜੇ ਰਿਆਸਤ ਚੱਲਦੀ ਹੈ, ਜਿਸ ਤਰ੍ਹਾਂ ਸਿੰਨੀਆਂ ਕੋਲੋਂ ਚੱਲਦੀ ਹੈ, ਜਿਸ ਤਰ੍ਹਾਂ ਪਠਾਣਾ ਕੋਲੋਂ ਚੱਲਦੀ ਹੈ, ਜਿਸ ਤਰ੍ਹਾਂ ਉਸੇ ਤਰੀਕੇ ਨਾਲ ਉਸ ਕੋਲੋਂ ਬੋਲ ਕੇ ਬਾਅਦ ਜਿਹੜਾ ਰਿਆਸਤ ਦੀ ਜਿਹੜੀ ਹਵਾ ਨਿਕਲਦੀ ਹੈ, ਰਿਆਸਤ ਤੋਂ ਮੀਨਸ ਰਿਆਸਤ ਦੇ ਉੱਤੇ ਜਿਹੜੇ ਜਿਹੜੇ ਉਹਦੇ ਪਿੱਲਰਸ ਨੇ ਉਹਦੇ 'ਤੇ ਜਿਹੜੇ ਲੋਕ ਰੂਲ ਕਰ ਰਹੇ ਨੇ ਉਹਦੇ ਵਿੱਚ ਜਿਹੜਾ ਜਰਨਲਿਸਟ ਨੇ ਇਹ ਵੀ ਨੇ, ਯਾਨੀ ਮਾਸ ਕਮਿਊਨੀਕੇਸ਼ਨ ਦੇ ਜਿਹੜੇ ਲੋਕ ਨੇ, ਅਤੇ ਇਹਨਾਂ ਦੀ ਹਵਾ ਨਿਕਲਦੀ ਹੈ, ਇਹ ਉਹਦੇ ਬਾਰੇ 'ਚ ਕਿਸ ਤਰ੍ਹਾਂ ਗੱਲ ਕਰ ਸਕਦੇ ਨੇ। ਅਤੇ ਉਹ ਸਾਰੀ ਗੱਲ ਉਹਦਾ ਜਿਹੜਾ ਸਟੇਟਸ ਹੈ, ਯਾਨੀ ਉਹਦੀ ਇੱਕ ਤਾਂ ਕੌਮੀ ਉਹਦਾ ਜਿਹੜਾ ਉਹਦਾ ਕੌ ਬਲੋਚ ਹੋਣ ਦੀ ਹੈਸੀਅਤ ਨਾਲ ਉਹਦੀ ਜਿਹੜੀ ਹੈ ਉਹਦੀ ਸਾਖ ਹੈ, ਉਹ ਉਹ ਦੂਸਰੀ ਹੈ ਕਿ ਉਹਦਾ ਸਟੇਟਸ ਜਿਹੜਾ ਫਿਰ ਕਿ ਬਲੋਚ ਸਰਦਾਰ ਹੈ, ਔਰ ਇਸ ਕਰਕੇ ਇਹਦੀ ਇੱਜ਼ਤ ਜਿਹੜੀ ਹੈ ਇਹ ਕਰੇਗਾ, ਇਹ ਕਵੇ ਖਾਂ ਨਹੀਂ ਕਰਦਾ ਮੈਂ, ਅਤੇ ਇਹ ਉਹਦੀ ਕਹਿਣ ਡਿਆ ਮੈਂ ਜਿਹੜਾ ਉਹਦੀ ਇੱਜ਼ਤ ਕਰਦਾ, ਬਾਬਾ ਤੂੰ ਤਾਂ ਕਰੇਗਾ। ਹੁਣ
ਅਸੀਂ ਇਹ ਗੱਲ ਕਰ ਰਹੇ ਹਾਂ ਕਿ ਮੀਰ ਬਲਖ ਸ਼ੇਰ ਮਜ਼ਾਰੀ ਸਾਹਿਬ ਜਿਹੜੇ ਨੇ ਅਗਰ ਬਲੋਚਾਂ ਨੂੰ ਯਾਨੀ ਬਲੋਚਿਸਤਾਨ ਦੇ ਬਲੋਚਾਂ ਨੂੰ ਰਿਪ੍ਰਜੈਂਟ ਕਰਦੇ ਰਹੇ ਨੇ ਔਰ ਜ਼ਾਰੀ ਗੱਲ ਅਗਰ ਉਹਨਾਂ ਨੂੰ ਇੱਜ਼ਤ ਦਿੱਤੀ ਤਾਂ ਉਹਨਾਂ ਨੂੰ ਤਾਂ ਬਲੋਚਿਸਤਾਨ ਦੀ ਗੱਲ ਕਰਨੀ ਚਾਹੀਦੀ ਹੈ। ਉਹ ਇਹ ਤਾਂ ਨਹੀਂ ਕਿ ਸਿੰਧ ਦੀ ਗੱਲ ਨੂੰ ਗੱਲ ਸ਼ੁਰੂ ਕਰਦੇ ਕਿ ਸਿੰਧ ਦੀ ਤਕਸੀਮ ਕਰੋ ਜਾਂ ਪੰਜਾਬ ਦੀ ਤਕਸੀਮ ਕਰੋ, ਜਾਂ ਤਾਂ ਫਿਰ ਪੰਜਾਬੀ ਘੁਆਉਣ ਨਾ ਆਪਣੇ ਆਪ ਨੂੰ, ਪੰਜਾਬੀ ਵੀ ਨਹੀਂ ਘੁਆ ਰਹੇ, ਆਪਣੇ ਆਪ ਨੂੰ ਬਲੋਚਾਂ ਨਾਲ ਅਲਾਈਨ ਕਰ ਰਹੇ ਨੇ। ਤੋ ਜਿਹੜੀ ਉਹਨਾਂ ਦੀ ਅਲਾਈਨਮੈਂਟ ਹੈ ਉਹ ਬਲੋਚਾਂ ਨਾਲ ਹੈ ਔਰ ਵੰਡਾਂ ਦੀਆਂ ਗੱਲਾਂ ਜਿਹੜਾ ਹੈ ਪੰਜਾਬ ਦੀਆਂ। ਹੁਣ ਜੇ ਇਹ ਗੱਲ ਕਰੀਏ ਤਾਂ ਫਿਰ ਕਹਿਣਗੇ ਜੀ ਪਾਕਿਸਤਾਨ ਦੀ ਬਿਹਤਰੀ ਚਾਹੁੰਦੇ ਨੇ। ਅੱਛਾ ਜੀ, ਪਾਕਿਸਤਾਨ ਦੀ ਬਿਹਤਰੀ ਚਾਹੁੰਦੇ ਹੋ ਅਤੇ ਪਾਕਿਸਤਾਨ ਦੀ ਬਿਹਤਰੀ ਪੰਜਾਬ ਦੀ ਵੰਡ 'ਚ ਹੈ, ਇਹ ਵੀ ਗੱਲ ਕਰਦੇ ਹਾਂ ਕਿ ਉਹ ਬਿਹਤਰੀ ਹੈ ਕਿ ਉਹਦੀ ਜਿਹੜੀ ਬਦਤਰੀ ਹੈ। ਅਤੇ ਇਹ ਕਲਾਸਰਾ ਸਾਹਿਬ ਜਿਹੜੇ ਇੱਥੇ ਫਰਮਾ ਰਹੇ ਨੇ, ਅੱਗੇ ਸੁਣੀਏ, ਚਲੋ ਇਹ ਥੋੜ੍ਹਾ ਜਿਹਾ ਹੋਰ ਸੁਣਦੇ ਹਾਂ ਕੀ ਕਹਿੰਦੇ ਨੇ। ਇਸ ਟਟੋਲੀ ਨੂੰ ਦੇਖੋ, ਮਤੀਨ ਨਾਂ ਇਹਦਾ, ਕਿ ਮੈਂ ਵੀ ਰੁਕ ਗਿਆ ਹਾਂ। ਇਹਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਨਾ ਅਸੀਂ ਮੀਰ ਬਲਖ ਸ਼ੇਰ ਮਜ਼ਾਰੀ ਦੇ ਥਾਂ ਉੱਥੇ ਕੋਈ ਬੁੱਤ ਰੱਖਿਆ ਹੋਵੇ ਨਾ, ਜਿਹੜਾ ਜਿਹਦੇ ਉੱਤੇ ਲਿਖ ਜਿਹਦਾ ਪਤਾ ਹੋਵੇ ਕਿ ਬਲੋਚਿਸਤਾਨ ਜਾਂ ਬਲੋਚਾਂ ਦੇ ਰਿਪ੍ਰਜੈਂਟੇਟਿਵ ਹੈ ਔਰ ਫਿਰ ਸਰਦਾਰ ਹੈ ਉਹਨਾਂ ਦਾ, ਉਹਨਾਂ ਦੇ ਇੱਕ ਟ੍ਰਾਈਬ ਦਾ ਬਹੁਤ ਵੱਡੇ, ਅਤੇ ਇਹ ਇਹਨਾਂ ਦੀ ਰੁਕ, ਇਹ ਰੁਕਣਾ, ਇਹ ਸਜਦੇ ਵੀ ਕਰਨਗੇ ਉਹਨੂੰ, ਕਿਉਂ ਉਹਨਾਂ ਦੇ ਡੰਡਾ ਹੈ ਉਹਨਾਂ ਕੋਲ, ਉਹ ਆਪਸ 'ਚ ਯੂਨਾਈਟਿਡ ਨੇ। ਅਤੇ ਉਹਨਾਂ ਦੀ ਯੂਨਿਟੀ, ਉਹਨਾਂ ਦੀ ਜਿਹੜੀ ਕੌਮੀ ਜਿਹੜੀ ਸਾਖ ਹੈ ਉਹਨੂੰ ਵੇਖਦੇ ਆਇਆ, ਉਹਨਾਂ ਦੇ ਕੌਮੀ ਜਿਹੜਾ ਉਹਨਾਂ ਦੇ ਜਿਹੜਾ ਜਿਹੜੀ ਉਹਨਾਂ ਦੀ ਕੌਮੀ ਆਪਣਾ ਫੁਟਿੰਗ ਹੈ ਉਹਨੂੰ ਵੇਖਦੇ ਆਇਆ, ਇਹ ਕਿਸ ਤਰ੍ਹਾਂ ਨਹੀਂ ਰੁਕਣਗੇ, ਇਹ ਛੱਡ ਕੇ ਬੜੇ ਬੜੇ ਰੁਕ ਜਾਂਦੇ ਨੇ। ਅਤੇ ਇਹ ਟਟੋਲੀ ਕਹਿਣ ਡਈ ਹੈ ਕਿ ਉਹ ਮੈਂ ਵੀ ਰੁਕ ਗਿਆ ਹਾਂ ਔਰ ਉਧਰੋਂ ਕਲਾਸਰਾ ਵੀ ਲੱਗਾ ਹੈ। ਅੱਗੇ ਸੁਣੋ, ਪੰਜਾਬ ਦੀ ਵੰਡ ਦੀ ਗੱਲ 70s ਤੋਂ ਉਸ ਤੋਂ ਵੀ ਪਹਿਲੇ ਜਿਹੜਾ ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ ਔਰ ਯੂਟਿਊਬ 'ਤੇ ਵੀ ਪਈ ਹੈ, ਉਹ UPITN ਜਿਹੜੇ ਅਸੀਂ ਕਹਿੰਦੇ ਨਾ ਪ੍ਰੋਗਰੈਸਿਵ ਜਾਂ ਸੈਕੂਲਰ ਮਾਇੰਡ ਸੈਟ ਵਾਲੇ ਲੋਕ ਹੀ ਨਹੀਂ ਬਲਕਿ UPITN ਬੜੇ ਰਿਨੋਨਡ ਕਿਸਮ ਦੇ ਲੋਕ, ਯਾਨੀ UPITN ਜਿਹੜਾ ਰਿਲੀਜੀਅਸ ਮਾਇੰਡ ਸੈਟ ਹੈ ਜਾਂ ਰਿਲੀਜੀਅਸ ਜਿਹੜਾ ਉਹਦਾ ਸੈਗਮੈਂਟ ਹੈ ਉਹ ਵੀ ਪੇਸ਼ ਕਰ ਚੁੱਕਿਆ ਹੈ। ਇਹ ਮੈਂ ਦੇਖ ਰਿਹਾ ਸੀ ਤਾਂ ਮੈਂ ਬੜਾ, ਮੈਨੂੰ ਆਈਡੀਆ ਤਾਂ ਸੀ ਕਿ ਇਹਨਾਂ ਨੇ ਪਹਿਲੇ ਇਹ ਜ਼ਰੀ ਗੱਲ ਚੈੱਕ ਆਊਟ ਕੀਤੀਆਂ ਹੁੰਦੀਆਂ ਨੇ ਚੀਜ਼ਾਂ ਬਹੁਤ ਪਹਿਲੇ, ਜਿਸ ਤਰ੍ਹਾਂ ਪੰਜਾਬ ਦੀ ਵੰਡ ਜਿਹੜੀ ਹੈ ਉਹ UP ਦੇ ਵਿੱਚੋਂ ਸਜਾਦ ਜ਼ਹੀਰ ਫਿਰ ਆਉਂਦਾ ਹੈ ਤਾਂ ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਕਮਿਊਨਿਸਟਾਂ ਨੂੰ ਫਿਰ ਨਾਲ ਮੁਸਲਿਮ ਲੀਗ 'ਚ ਉਹਨਾਂ ਨੂੰ ਉਹ ਕਰਦਾ ਹੈ, ਸ਼ਾਮਿਲ ਕਰਾਉਂਦਾ ਹੈ ਔਰ ਫਿਰ ਇੱਥੇ ਜਿਹੜਾ ਪੂਰੀ ਇੱਕ ਕਮਿਊਨਲ ਜਿਹੜਾ ਉਹਦੀ ਜਿਹੜੀ ਹੈ ਫਸਾਦ ਵਾਸਤੇ ਯਾਨੀ ਪੂਰਾ ਕੰਮ ਕਰਦੇ ਨੇ, ਵਰਕਿੰਗ ਕਲਾਸ ਜਿਹੜੇ ਕਿਸਾਨ ਅਤੇ ਜਿਹੜੇ ਦਿਹਾੜੀ ਦਾ ਪਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਯੂਨੀਅਨ ਸਾਜ਼ੀ ਕਰਕੇ ਉਹਨਾਂ ਦੇ ਜਲਸੇ ਕਰਾ ਕੇ ਔਰ ਪੂਰਾ ਇੱਕ ਔਰ ਨੋਨ ਮੁਸਲਿਮ ਪੰਜਾਬੀਆਂ ਨੂੰ ਪਰੇ ਆਈਸੋਲੇਟ ਕਰਕੇ ਔਰ ਉਹਨਾਂ ਨੂੰ ਮਤਲਬ ਇੱਕ ਪੂਰਾ ਜਿਹੜਾ ਉਹਦੀ ਫਜ਼ਾ ਬਣਾਉਂਦੇ ਨੇ। ਕਿਉਂਕਿ ਅੱਗੇ ਉਹਨਾਂ ਦਾ ਮਕਸਦ ਹੁੰਦਾ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਔਰ ਸਿੰਧ ਦੇ ਵਿੱਚ ਸੈਟਲਮੈਂਟਸ ਉਹ ਕਰਨੀਆਂ ਹੁੰਦੀਆਂ ਨੇ ਆਪਣੀ ਆਬਾਦੀ ਦੀਆਂ, ਪਹਿਲਾਂ ਇਨਫਿਲਟਰੇਟ ਕਰਾਉਂਦੇ ਨੇ ਫਿਰ ਬਾਅਦ ਸੈਟਲ ਕਰਾਉਂਦੇ ਨੇ ਔਰ ਇੱਕ ਇੱਕ ਜਿਹੜਾ ਐਫੀਡੇਵਿਟ ਸਾਦੇ ਕਾਗਜ਼ ਦੇ ਉੱਤੇ ਐਫੀਡੇਵਿਟ ਜਮ੍ਹਾਂ ਕਰਾ ਕੇ ਲੱਖਾਂ ਕਰੋੜਾਂ ਅਰਬਾਂ ਦੀਆਂ ਜਿਹੜੀਆਂ ਨੇ ਜਾਇਦਾਦਾਂ ਹਵੇਲੀਆਂ ਸ਼ਹਿਰਾਂ ਦੇ ਵਿੱਚ ਪਲਾਜ਼ੇ ਔਰ ਕਿਹੜੀ ਜਗ੍ਹਾ ਇਹਨਾਂ ਨੇ ਨਹੀਂ ਛੱਡੀ। ਉਹ ਫਿਰ ਦੂਸਰਾ ਹੈ ਕਿ ਈਵਨ ਜਿਹੜਾ ਐਗਰੀਕਲਚਰਲ ਜਿਹੜੀਆਂ ਲੈਂਡਸ ਨੇ ਉਹ ਵੀ ਇਹਨਾਂ ਨੇ ਅਲਾਟ ਕਰਾਈਆਂ, ਤਾਂ ਉਹਦੇ ਪਿੱਛੇ ਪੂਰੀ ਇਹਨਾਂ ਦੀ ਇੱਕ ਸਟ੍ਰੈਟਜੀ ਹੁੰਦੀ ਹੈ। ਅਤੇ ਇਹ ਜਿਹੜਾ ਬਲਖ ਸ਼ੇਰ ਮਜ਼ਾਰੀ ਉਹ ਤਾਂ ਉਹ ਜਿਹੜਾ ਮੈਂ ਗੱਲ ਕਰ ਰਿਹਾ ਸੀ ਉਹਦੇ ਵਿੱਚ ਉਹ ਰਿਲੀਜੀਅਸ ਸਾਈਡ ਦੇ ਉੱਤੋਂ, ਮਤਲਬ ਡਾਕਟਰ ਸਰਾਰ ਦਾ ਮੈਨੂੰ ਇੱਕ ਮੈਂ ਯੂਟਿਊਬ ਦੇ ਉੱਤੇ ਦੇਖਿਆ ਤਾਂ ਉਹ ਬਹੁਤ ਚਿਰ ਪਹਿਲੇ ਦਾ ਉਹ ਇਹ ਜਿਹੜੀਆਂ ਉਹਨੇ ਜਿਹੜੀ ਆਪਣੀ ਸੁਜੈਸ਼ਨ ਜਿਹੜੀ ਦਿੱਤੀ ਹੈ ਕਿ ਜਿਹੜਾ ਹੈ ਇਹ ਗਾਲਿਬਨ 70s 80s ਦੀ ਗੱਲ ਹੈ ਕਿ ਉਹਨੇ ਕਿਹਾ ਸੀ ਜਾਂ ਸ਼ਾਇਦ ਉਸ ਤੋਂ ਵੀ ਪਹਿਲੇ ਕਿ ਜੀ ਇਹ ਜਿਹੜਾ ਇਹਨਾਂ ਨੂੰ ਇਸ ਤਰ੍ਹਾਂ ਬੜਾ 2 ਘੰਟੇ ਦਾ ਉਹਦਾ ਬਿਆਨ ਹੈ ਜਿਹਦੇ ਵਿੱਚ ਉਹ ਮਤਲਬ ਇਹ ਦੱਸਦਾ ਹੈ ਕਿ ਪੰਜਾਬ ਦੀ ਵੰਡ ਕਰੋ ਜਿਸ ਤਰ੍ਹਾਂ ਵੀ ਹੈ, ਹੋਰ ਸੂਬਿਆਂ ਦੀ ਵੀ ਗੱਲ ਕਰਦਾ ਲੇਕਿਨ ਇਹ ਕਿ ਪੰਜਾਬ ਦੇ ਉੱਤੇ ਉਹਦਾ ਜਿਹੜਾ ਜ਼ਿਆਦਾ ਫੋਕਸ ਹੈ ਔਰ ਉਹ ਤੁਹਾਨੂੰ ਪਤਾ ਹੀ ਉਹਦੇ ਪਿੱਛੇ ਬੈਕਗਰਾਊਂਡ ਕਿ ਉਹ ਸਾਰਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਦੀ ਸਿਰ ਪਾਪੂਲੇਸ਼ਨ ਹੁੰਦੀਆਂ, ਇੱਥੇ ਡੇਰਾਜ਼ੀ ਖਾਨ ਔਰ ਰਾਜਨਪੁਰ ਹੈ ਮੁਜ਼ੱਫਰਗੜ੍ਹ ਸਾਈਡ 'ਤੇ ਇਹਨਾਂ ਦੀ ਜ਼ਮੀਨਾਂ ਵੀ ਨੇ ਇਹਨਾਂ ਲੋਕਾਂ ਦੀਆਂ, ਲੋਕ ਇਹਨਾਂ ਦੇ ਬੈਠੇ ਨੇ ਉੱਥੇ UPITNs ਔਰ ਲਾਹੌਰ ਦੇ ਵਿੱਚ ਲੈ ਕੇ ਔਰ ਅਪਰ ਪੰਜਾਬ ਔਰ ਸਾਰੇ ਇਹਨਾਂ ਦੀਆਂ ਕਿੱਥੇ ਜ਼ਮੀਨਾਂ ਨੇ ਔਰ ਕਿੱਥੇ ਜਾਇਦਾਦਾਂ ਨੇ, ਪਾਕਿਸਤਾਨ ਬਣੇ ਇਹਨਾਂ ਵਾਸਤੇ ਸੀ। ਅਤੇ ਬਾਅਦ ਦੇ ਵਿੱਚ ਇਹਨਾਂ ਦੇ ਬਲੂੰਗੜੇ ਜਿਹੜੇ ਨੇ ਬਾਅਦ 'ਚ ਜਿਹੜੇ ਇਹਨਾਂ ਦੇ ਨਾਲ ਰੂਲਿੰਗ ਲੀਟ ਇੱਥੇ ਦੀ ਜਿਹੜੀ ਸ਼ਾਮਿਲ ਹੋਈ ਔਰ PMLN ਆਪਣਾ PMLN ਤਾਂ ਹੁਣ ਦੀ ਗੱਲ ਹੈ, ਇਹ ਜਿਹੜਾ
ਆਲ ਇੰਡੀਆ ਮੁਸਲਿਮ ਲੀਗ ਦੇ ਵਿੱਚ, ਯਾਨੀ ਉਹ ਜਿਹੜਾ ਸਜਾਦ ਜ਼ਹੀਰ ਆਇਆ, ਫਿਰ ਉਹਨਾਂ ਇੱਥੇ ਜਦੋਂ ਸਾਰਾ ਵਰਕ ਇਹਨਾਂ ਨੇ ਕੀਤਾ ਇੱਥੇ ਕਮਿਊਨਿਸਟ ਜਿਹੜੇ ਸਨ, ਅਤੇ ਉਸ ਤੋਂ ਬਾਅਦ ਫਿਰ ਇੱਥੇ ਪਬਲਿਕ ਓਪੀਨੀਅਨ ਡਿਵੈਲਪ ਹੋਈ ਔਰ ਪ੍ਰੈਸ਼ਰ ਬਣਿਆ, ਔਰ ਫਿਰ ਇੱਥੇ ਦਾ ਜਿਹੜਾ ਯੂਨੀਅਨਿਸਟ ਪਾਰਟੀ ਦੇ ਜਿੰਨੇ ਵੀ ਇਹ ਲੈਂਡਲਾਰਡ ਔਰ ਜਿਤਨੇ ਜਿਹੜੇ ਸੀ ਉਹ ਮਤਲਬ ਬੜੇ ਬੜੇ ਜਿਹੜੇ ਜ਼ਿਮੀਂਦਾਰ ਸਨ, ਉਹ ਫਿਰ ਅਸੀਂ ਦੇਖਦੇ ਹਾਂ ਰਾਤੋਂ ਰਾਤ ਜਿਹੜਾ ਉਹ ਖਾਸ ਤੌਰ 'ਤੇ ਸਾਊਥ ਪੰਜਾਬ ਦੇ ਜਿਹੜੇ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਫਤਾਰੀਆਂ ਔਰ ਉਸ ਤੋਂ ਪਹਿਲੇ ਜਿਹੜੀਆਂ ਫਤਾਰੀਆਂ ਦੇ ਵਿੱਚ ਜ਼ਮੀਨਾਂ ਲਈਆਂ ਸੀ, ਅਤੇ ਉਹ ਸਾਰੇ ਰਾਤੋਂ ਰਾਤ ਫਿਰ ਇਸ ਪ੍ਰੈਸ਼ਰ ਨਾਲ ਔਰ ਇਸ ਸਟ੍ਰੈਟਜੀ ਨਾਲ ਉਹ ਆਪਣੀ ਵਫਾਦਾਰੀ ਜਿਹੜੀ ਹੈ ਆਲ ਇੰਡੀਆ ਮੁਸਲਿਮ ਲੀਗ ਨਾਲ ਸੈੱਟ ਕਰ ਦਿੰਦੇ ਨੇ 1945-46 ਦੇ ਇਲੈਕਸ਼ਨਾਂ ਦੇ ਵਿੱਚ, ਔਰ ਫਿਰ ਯੂਨੀਅਨਿਸਟ ਪਾਰਟੀ 'ਚ ਰਲ ਜਾਂਦੇ ਨੇ, ਔਰ ਬਾਅਦ 'ਚ ਫਿਰ ਤੁਹਾਨੂੰ ਪਤਾ ਅੱਗੇ ਚੱਲ ਕੇ ਉਹ ਸਾਰੇ ਨਾ ਉਹ ਗੌਰਮੈਂਟਸ ਉਹਨਾਂ ਦੀਆਂ ਹੀ ਬਣਦੀਆਂ ਨੇ, ਅਤੇ ਇਹ ਫਿਰ ਇਹ ਜਿਹੜਾ ਇਹ ਚਾਹੇ ਉਹ ਸਿੰਧ ਕੇ ਪੀ ਕੇ ਔਰ ਬਲੋਸਤਾਨ ਦੇ ਰੂਲਿੰਗ ਲੀਡ ਹੋਵੇ ਚਾਹੇ ਪੰਜਾਬ ਦੀ, ਇਹਨਾਂ ਨੇ ਜਿਹੜਾ ਫਿਰ ਇਹ UPITians ਨਾਲ ਆਪਣੇ ਜਿਹੜੇ ਨੇ ਡਾਂਡੇ ਸੈੱਟ ਕੀਤੇ ਨੇ, ਅਤੇ ਅਲਟੀਮੇਟ ਤਾਂ ਬੈਨੀਫਿਟ ਉਹਨਾਂ ਦਾ ਹੀ ਇਹ ਪ੍ਰੋਟੈਕਟ ਹੋ ਰਿਹਾ ਹੁੰਦਾ, ਲੇਕਿਨ ਉਹਦੇ ਵਿੱਚ ਜ਼ਾਹਰੀ ਗੱਲ ਇਹਨਾਂ ਦਾ ਆਪਣੇ ਵੈਸਟ ਇੰਟਰਸਟ ਤਾਂ ਇਹ ਹੀ ਨੇ ਕਿ ਲੁੱਟੋ ਔਰ ਹਕੂਮਤ ਕਰੋ, ਅਤੇ ਉਹਦੇ ਵਿੱਚ ਇਹਨਾਂ ਨੇ ਮਜ਼ਾਰੀ ਸਾਹਿਬ ਨੇ ਇਹਨਾਂ ਨੇ ਪਹਿਲੇ ਵੀ ਆਪਣੀਆਂ ਸੁਜੈਸ਼ਨ ਦਿੱਤੀਆਂ ਜਿੱਦਾਂ ਕਲਾਸਰਾ ਕਹਿ ਰਿਹਾ, ਅਤੇ ਇਸ ਤਰੀਕੇ ਨਾਲ ਇਹਨਾਂ ਨੇ ਪਿਛਲੇ ਦਿਨਾਂ ਜਿਹੜਾ ਆਰਟੀਕਲ ਲਿਖਿਆ ਅਸੀਂ ਉਹਨੂੰ ਜ਼ਰਾ ਦੇਖੀਏ, ਜਿਸ ਤਰ੍ਹਾਂ ਮੈਂ ਪਹਿਲੇ ਅਰਜ਼ ਕੀਤੀ ਕਿ ਇਹਨਾਂ ਦਾ ਹੱਕ ਹੀ ਨਹੀਂ ਬਣਦਾ ਕਿ ਆਰਟੀਕਲ ਪੰਜਾਬ ਦੀ ਵੰਡ ਦੇ ਬਾਰੇ 'ਚ ਇਹ ਗੱਲ ਕਰਨ, ਖਾਸ ਤੌਰ 'ਤੇ ਇਹਨੀ ਸੂਬਿਆਂ ਦੇ ਵਿੱਚ ਓਪੀਨੀਅਨ ਔਰ ਫਿਰ ਇੰਨਾ ਡਿਟੇਲਡ ਕਿਸਮ ਦਾ ਉਹਦੇ 'ਚ ਮਤਲਬ ਕੋਈ ਪੰਜਾਬੀ ਬਹਿ ਕੇ ਸਿੰਧ ਦੀ ਔਰ ਬਲੋਚਿਸਤਾਨ ਦੀ ਔਰ KPK ਦੀ ਵੰਡ ਦੀ ਗੱਲ ਕਰ ਹੀ ਨਹੀਂ ਸਕਦਾ ਜਿੰਨਾ ਇਹਨੀ ਪੰਜਾਬ ਦੀ ਰੂਲਿੰਗ ਲੀਡ ਦਾ ਵੀ ਬੰਦਾ, ਅਤੇ ਉਹਨਾਂ ਦਾ ਵੀ ਇਸ ਤਰੀਕੇ ਨਾਲ ਹੱਕ ਨਹੀਂ ਬਣਨਾ ਚਾਹੀਦਾ ਕਿ ਫੈਡਰੇਸ਼ਨ ਦੇ ਵਿੱਚ ਉਹ ਦੂਸਰੇ ਇਹਨੀ ਘਰ ਦੇ ਵਿੱਚ ਅੱਗ ਲਾਉਣ ਔਰ ਉੱਥੇ ਦੀ ਇਸ ਤਰ੍ਹਾਂ ਗੱਲ ਕਰਨ, ਜਾਂ ਤਾਂ ਉਸ ਘਰ ਦੇ ਵਿੱਚ ਪੜੇ ਪਹਿਲੇ ਆਪਣੀ ਰਲਤ ਦਿਖਾਉਣ, ਉੱਧਰ ਰਲਤ ਵੀ ਨਹੀਂ ਦਿਖਾਉਣੀ ਔਰ ਮਜ਼ੇ ਦੂਸਰੇ ਪਾਸੇ ਦੇ ਲੈਣੇ ਔਰ ਜਿਹੜੇ ਹੁਕਮਰਾਨੀ ਇੱਧਰ ਕਰਨੀਆਂ ਔਰ ਇੱਧਰ ਜਿਹੜਾ ਆਪਣੀਆਂ ਜਿਹੜੀਆਂ ਥਾਣੇਦਾਰੀਆਂ ਦਿਖਾਉਣੀਆਂ। ਚਲੋ ਖੈਰ ਇਹਨਾਂ ਦਾ ਜਿਹੜਾ ਅਸੀਂ ਪੜ੍ਹਦੇ ਹਾਂ ਅੱਗੇ ਕਿ ਇਹ ਆਰਟੀਕਲ ਜਿਹੜਾ ਇਹਨਾਂ ਨੇ 20 ਸਤੰਬਰ 2017 ਦੇ ਵਿੱਚ ਲਿਖਿਆ, ਉਹ 'ਚ ਕੀ ਕਹਿੰਦੇ ਨੇ, ਕਹਿੰਦੇ ਨੇ ਪੰਜਾਬ ਕੀ 3 ਸੂਬੋਂ ਮੇਂ ਤਕਸੀਮ ਵਕਤ ਕੀ ਅਹਿਮ ਜ਼ਰੂਰਤ ਹੈ, ਇਸ ਜ਼ਮਨ ਮੇਂ ਮੈਨੇ ਮੁਤਅੱਦਿਦ ਬਾਰ ਮੀਡੀਆ ਮੇਂ ਆਪਣੀ رائے کا برملہ اظہار کیا لیکن اس کو حکومت کی جانب سے پذیرائی نہ ملی، میں نے پنجاب کو 3 صوبوں میں تقسیم کرنے کا فارمولہ پیش کیا ماشاءاللہ، اور اس تقسیم کے بغیر ملک کو جمہوریت کے استحکام کی وجہ ظاہر کیا، 3 صوبوں کی تقسیم کے فارمولے پر عمل نہ کرنا نہ صرف جمہوریت کے استحکام بلکہ صوبائی تعصب ختم کرنے کے لیے اس پر عمل درآمد بہت ضروری ہے۔ ਸੂਬਾਈ ਤਾਸਬ ਖਤਮ ਕਰਨਾ ਇਹ ਕਿਸ ਤਰ੍ਹਾਂ, ਸੂਬਾਈ ਤਾਸਬ ਤਾਂ ਵਧੇਗਾ, ਉਹ ਕਿਸ ਤਰ੍ਹਾਂ ਵਧੇਗਾ, ਇਹ ਜਦੋਂ ਪਹਿਲੇ ਤਾਂ ਪੰਜਾਬ ਤਾਸਬ ਇਹਨਾਂ ਨੇ ਪਾਇਆ, ਯਾਨੀ ਜਿਹੜਾ ਪੰਜਾਬ ਦੇ ਵਿੱਚ ਸਰਾਇਕੀ ਪਟਵਾਰੀ ਔਰ ਇਹਦਾ ਤਾਸਬ ਇਹਨਾਂ ਨੇ ਸ਼ੁਰੂ ਤੋਂ ਜਿਹੜਾ ਇਹਨੂੰ ਇੱਥੇ ਜਿਹੜਾ ਮਤਲਬ ਉਹਦੇ ਬੀ ਖਿਲਾਰੇ ਔਰ ਫਿਰ ਇਹਨਾਂ ਨੇ ਬਕਾਇਦਾ ਜਿਹੜਾ ਉਹਨੂੰ ਬਕਾਇਦਾ ਇੱਕ ਰਿਆਸਤ ਨੇ ਜਿਹੜਾ ਯਾਨੀ ਮੀਡੀਆ ਦੇ ਜ਼ਰੀਏ ਔਰ ਉਹਦੇ ਜ਼ਰੀਏ ਫੁੱਲ ਪ੍ਰੋਪਗੈਂਡਾ ਨਾਲ ਜਿਹੜਾ 60 ਸਾਲ ਤੋਂ ਕਨਫਰਮ ਯਾਨੀ ਜਿਹੜਾ ਇਹਨਾਂ ਨੇ ਉਹ ਜਿਹੜਾ ਇੱਥੇ ਕੀਤਾ ਹੈ, ਅਤੇ ਉਹ ਤਾਸੁਬ ਨਹੀਂ ਯਾਨੀ ਪੰਜਾਬ ਦੇ ਵਿੱਚ ਤਾਸੁਬ ਕ੍ਰੀਏਟ ਕਰਕੇ ਬਾਕੀ ਸੂਬਿਆਂ 'ਚ ਤਾਸੁਬ ਖਤਮ ਕਰਨ ਦੀ ਗੱਲ ਕਰ ਰਹੇ ਨੇ, ਪੰਜਾਬ ਦੇ ਵਿੱਚ ਤਾਂ ਤਾਸੁਬ ਤੁਸੀਂ ਲੋਕਾਂ ਨੇ ਯਾਨੀ ਖੁਦ ਕ੍ਰੀਏਟ ਕੀਤਾ, ਔਰ ਉਸ ਤਾਸੁਬ ਦੇ ਪਿੱਛੇ ਵਨ ਸਾਈਡਿਡ ਤੁਹਾਡੀ ਕੰਪੇਨ ਸ਼ਾਮਿਲ ਹੈ, ਜਦਕਿ ਇਹ ਤਾਸੁਬ ਜਿਹੜੀ ਇਹਦੀ ਬੁਨਿਆਦ ਹੀ ਗਲਤ ਹੈ, ਇਹਦਾ ਮੁੱਢ ਜਿਹੜਾ ਹੈ ਇਹਦੀ ਜ਼ੁਬਾਨ ਔਰ ਕਲਚਰ ਨੂੰ ਰੱਖਿਆ ਗਿਆ, ਜਦਕਿ ਖਵਾਜਾ ਗੁਲਾਮ ਫਰੀਦ ਬਾਰ ਬਾਰ ਆਪਣੇ ਆਪ ਨੂੰ ਮੁਖਤਲਿਫ ਜਗ੍ਹਾ 'ਤੇ ਪੰਜਾਬੀ ਆਪਣੀ ਜਿਹੜੀ ਰਾਈਟਿੰਗਸ ਨੇ ਉਹਨਾਂ ਨੂੰ ਪੰਜਾਬੀ ਰਾਈਟਿੰਗ ਲਿਖਦੇ ਨੇ, ਔਰ ਉਹ ਜਿਹੜਾ ਹੈ ਪੰਜਾਬੀ ਦਾ ਇੱਕ ਡਾਇਲੈਕਟ ਹੈ, ਹੁਣ ਤੁਸੀਂ ਉਹਦੇ ਪਿੱਛੇ ਜਿਹੜਾ ਉਹਨੂੰ ਸਰਾਇਕੀ ਨਾਂ ਦਵਾ ਦਿੱਤਾ, ਫਿਰ ਉਹ ਸਰਾਇਕੀ ਜਿਹੜਾ ਉਹ ਹਾਲਾਂਕਿ ਮੁਲਤਾਨੀ ਡੇਰਾ ਵਾਲੀ ਇਸ ਤਰ੍ਹਾਂ ਮੁਖਤਲਿਫ ਡਾਇਲੈਕਟਸ ਹਨ ਜਿਹਨਾਂ ਦੇ ਨਾਲ ਜਾਣਿਆ ਜਾਂਦਾ ਸੀ, ਫਿਰ ਉਹ ਸਿੰਧ ਦਾ ਅਪਰ ਸਿੰਧ ਦਾ ਜਿਹੜਾ ਸਰਾਇਕੀ ਡਾਇਲੈਕਟ ਜਿਹੜਾ ਸੀ ਜਿਹੜਾ ਸਿੰਧੀ ਦਾ ਇੱਕ ਡਾਇਲੈਕਟ ਸਮਝਿਆ ਜਾਂਦਾ ਸਿੰਧ ਦੇ ਵਿੱਚ ਓਫਿਸ਼ਲੀ, ਉਹਨੂੰ ਤੁਸੀਂ ਇੱਥੇ ਨਾਂ ਦਵਾ ਕੇ ਜ਼ਬਰਦਸਤੀ ਉਸ ਤੋਂ ਬਾਅਦ ਜਿਹੜਾ ਉਹ ਜਿਹੜਾ ਹੈ ਉਹਨੂੰ ਜਿਹੜੇ ਉਹਦੇ ਨਾਲ ਜ਼ਬਰਦਸਤੀ ਔਨ ਦਾ ਗਨ ਪੁਆਇੰਟ ਜਿਹਨੂੰ ਕਹਿੰਦੇ ਨੇ ਯਾਨੀ ਮੁਲਤਾਨੀ ਡੇਰਾਵਾਲੀ ਦੇ ਨਾਲ, ਫਿਰ ਤੁਸੀਂ ਬਹਾਵਲਪੁਰੀ ਦਾ ਜਿਹੜਾ ਬਹਾਵਲਪੁਰ ਦਾ ਜਿਹੜਾ ਰਿਆਸਤੀ ਡਾਇਲੈਕਟ ਹੈ, ਫਿਰ ਉੱਧਰੋਂ ਸ਼ਾਹਪੁਰੀ ਯਾਨੀ ਇੱਧਰ ਜਿਹੜਾ ਆਪਣਾ ਜਹਾਂਗੋਰ ਸਾਈਡ ਦਾ ਉਹਨੂੰ ਤੁਸੀਂ ਜ਼ਬਰਦਸਤੀ ਔਰ ਲਈਏ ਦਾ ਇੱਧਰ ਦਾ ਜਿਹੜਾ ਇਹ ਡਾਇਲੈਕਟ ਜਿਹੜੇ ਨੇ ਪੰਜਾਬੀ ਦੇ, ਅਤੇ ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਯਾਨੀ ਥਲੋਚੀ ਜਿਹਨੂੰ ਕਹਾਂਗੇ ਉਹ ਥਲੋਚੀ ਡਾਇਲੈਕਟ ਜਿਹੜਾ, ਇਹ ਸਾਰੇ ਆਪਣੇ ਆਪਣੇ ਇਹਨਾਂ ਦੇ ਯਾਨੀ ਇਹਨਾਂ ਦੀ ਇੱਕ ਰੰਗ ਨੇ, ਇਹਨਾਂ ਦੀ ਇੱਕ ਆਪਣਾ ਇੱਕ ਡਿਸਟਿੰਕਟ ਯਾਨੀ ਇਹਨਾਂ ਦਾ ਆਪਣਾ ਇੱਕ ਐਕਸਪ੍ਰੈਸ਼ਨ ਹੈ,
ਉਹਨੂੰ ਤੁਸੀਂ ਜ਼ਬਰਦਸਤੀ, ਔਰ ਉਹ ਵੀ ਇੱਕ ਖਾਸ ਪੱਟੀ ਦਾ, ਯਾਨੀ ਡੀ ਆਈ ਖਾਨ ਜਾਂ ਅਪਰ ਸਿੰਧ ਜਿਹੜਾ ਡਾਇਲੈਕਟ ਹੈ ਉਹਨੂੰ ਤੁਸੀਂ ਇਹਦੇ 'ਤੇ ਇੰਪੋਜ਼ ਕਰਕੇ ਇਹਨਾਂ ਡਾਇਲੈਕਟਸ ਨੂੰ ਵੀ ਤੁਸੀਂ ਮੁਕਾ ਕੇ ਔਰ ਇੱਕ ਸਰਾਇਕੀ ਦਾ ਨਾਂ ਦੇ ਕੇ ਜ਼ਬਰਦਸਤੀ ਸਰਾਇਕੀ ਕੌਮੀਅਤ ਖੜਾ ਕਰਨਾ ਚਾਹ ਰਹੇ ਹੋ, ਔਰ ਪੂਰਾ ਤੁਸੀਂ ਇਹਦੇ ਵਿੱਚ ਆਪਣਾ ਮੀਡੀਆ ਔਰ ਰਿਆਸਤ ਨੂੰ ਇਸਤੇਮਾਲ ਕੀਤਾ, ਅਤੇ ਉਹਦੇ ਵਿੱਚ ਇਹ ਤਾਸੁਬ ਤੁਸੀਂ ਨਹੀਂ ਕ੍ਰੀਏਟ ਕੀਤਾ, ਯਾਨੀ ਤੁਸੀਂ ਬਕਾਇਦਾ ਇਹਨੂੰ ਹਰਬਰ ਕੀਤਾ, ਇੱਥੇ ਇਹਦੀ ਜਿਹੜੀ ਹੈ ਇੱਥੇ ਇਹਦਾ ਬੂਟਾ ਲਾਇਆ, ਔਰ ਇਹਦੇ ਬਾਵਜੂਦ ਅਸੀਂ ਸ਼ਾਬਾਸ਼ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਆਮ ਆਦਮੀ ਹੈ ਉਹਦੇ ਵਿੱਚ ਉਸ ਲੈਵਲ ਦੇ ਉੱਤੇ ਠੀਕ ਹੈ ਇਫੈਕਟ ਤਾਂ ਹੋਇਆ, ਯਾਨੀ ਹੁਣ ਲੋਕਾਂ ਦੇ ਵਿੱਚ ਇਹ ਚੀਜ਼ ਆਈ ਹੈ ਕਿ ਉਹ ਜਿਹੜਾ ਆਈਡੈਂਟੀ ਕ੍ਰਾਈਸਿਸ ਸੀ ਉਹਦਾ ਕਰਕੇ ਉਹ ਆਪਣੇ ਆਪ ਨੂੰ, ਕੁਛ ਲੋਕ ਵਿਚਾਰੇ ਜਿਹੜੇ ਨੇ ਉਹ ਆਪਣੇ ਆਪ ਨੂੰ ਸਰਾਇਕੀ ਦੇਖਣ ਲੱਗ ਪਏ ਨੇ ਜਾਂ ਸਮਝਣ ਲੱਗ ਪਏ ਨੇ, ਜਦਕਿ ਯਾਨੀ ਉਹ ਇਸ ਤਰ੍ਹਾਂ ਦੇ ਚੱਕਰ ਅਸੀਂ ਹਿਸਟੋਰੀਕਲੀ ਔਰ ਅਸੀਂ ਉਹ ਕਲਚਰਲੀ ਔਰ ਲਿੰਗਵਿਸਟਿਕਲੀ ਦੇਖ ਰਹੇ ਹਾਂ ਕਿ ਉਹ ਬਿਲਕੁਲ ਨਹੀਂ ਹੈ, ਲੇਕਿਨ ਚਲੋ ਅਗਰ ਉਹ ਸਮਝਣ ਲੱਗ ਪਏ ਨੇ ਥੋੜ੍ਹੀ ਇਸ ਦਹਿਸ਼ਤਗਰਦੀ ਦੀ ਔਰ ਇਸ ਦੀ ਵਜ੍ਹਾ ਤੋਂ, ਇਹਦੇ ਬਾਵਜੂਦ ਉਹਨਾਂ ਲੋਕਾਂ ਔਰ ਜਿਹੜੇ ਬਾਕੀ ਜਿਹੜੇ ਇੱਥੇ ਦੇ ਡਾਇਲੈਕਟ ਬੋਲਣ ਵਾਲੇ ਨੇ ਉਹਨਾਂ ਦੇ ਵਿੱਚ ਤਾਂ ਕੋਈ, ਯਾਨੀ ਉਹੀ ਐਥਨੀਸਿਟੀਜ਼ ਨੇ, ਉਹੀ ਬਰਾਦਰੀਆਂ ਨੇ, ਅਤੇ ਤੁਸੀਂ ਉਹਨਾਂ ਦੇ ਵਿੱਚ ਉਸ ਤਰੀਕੇ ਨਾਲ ਯਾਨੀ ਉਹ ਜਿਹੜੀ ਡਿਵੀਜ਼ਨ ਹੈ ਉਸ ਕਿਸਮ ਦੀ ਜਾਂ ਉਸ ਤਰ੍ਹਾਂ ਦਾ ਜਿਹੜੀ ਅੱਗ ਜਿਹੜੀ ਨੇ ਨਹੀਂ ਲਾ ਸਕੇ, ਅਜੇ ਤਾਂ ਉਸ ਹਜੇ ਤੱਕ ਉਸ ਤਰ੍ਹਾਂ ਕਾਮਯਾਬੀ ਨਹੀਂ ਹੋਈ, ਔਰ ਇਹ ਤੁਹਾਨੂੰ ਗੱਲ ਖਾਂਦੀ ਹੈ ਕਿ ਯਾਰ ਇੰਨਾ ਅਸੀਂ ਇਹ ਰਿਆਸਤ ਦੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਵਰਤਿਆ ਔਰ ਉਹਦੇ ਬਾਵਜੂਦ ਅਸੀਂ ਇੱਥੇ ਉਹ ਅੱਗ ਨਹੀਂ ਲਾ ਸਕੇ, ਅਤੇ ਇਹ ਜਿਹੜਾ ਤੁਸੀਂ ਤਾਸੁਬ ਜਿਹੜਾ ਇੱਥੇ ਕਰਕੇ ਔਰ ਆਪਣੇ ਵਾਸਤੇ ਲੋਕਾਂ ਨੂੰ ਵੰਡ ਔਰ ਲੋਕਾਂ ਦੀ ਜ਼ਮੀਨ ਵੰਡ, ਯਾਨੀ ਜਿਹੜੀ ਕੌਮ ਦੀ ਜ਼ਮੀਨ ਵੰਡ ਕੇ ਅਤੇ ਤੁਸੀਂ ਆਪਣੇ ਵਾਸਤੇ ਨਵੀਆਂ ਜਿਹੜੀਆਂ ਨੇ ਰੂਲਿੰਗ ਓਪਰਚੁਨਿਟੀਜ਼ ਜਿਹੜੀਆਂ ਬਣਾ ਰਹੇ ਹੋ, ਅਤੇ ਇਹ ਤਾਸੁਬ ਤਾਸੁਬ ਦੇ ਮੁੱਢ 'ਤੇ ਤਾਂ ਬਣਾ ਰਹੇ ਹੋ, ਤਾਸੁਬ ਖਤਮ ਕਿੱਥੇ ਕਰ ਰਹੇ ਹੋ, ਤਾਸੁਬ ਨੂੰ ਵਧਾ ਰਹੇ ਹੋ, ਔਰ ਉਹ ਜਿਹਨਾਂ ਬੇਸਿਸ ਦੇ ਉੱਤੇ ਵਧਾ ਰਹੇ ਹੋ ਉਹ ਬੇਸਿਸ ਜਿਹੜੀਆਂ ਨੇ ਉਹਨਾਂ ਦਾ ਕੋਈ ਵਜੂਦ ਹੀ ਨਹੀਂ, ਸਿਰਫ ਹੈ ਕਿ ਇੱਕ ਜਿਹੜਾ ਆਪਣਾ ਜਿਹੜਾ ਸੈਗਮੈਂਟ ਹੈ ਜਿਹੜਾ, ਯਾਨੀ ਉਹ ਜਿਹੜਾ ਉਹਨੂੰ ਫਾਇਦਾ ਦੇਣ ਵਾਸਤੇ ਕਿ ਸਿੰਧ ਦੀ ਉਹ ਵੰਡ ਕਰਕੇ ਤਾਂ ਅਸੀਂ ਉਹ UPITNs ਵਾਸਤੇ ਸੂਬਾ ਕੱਢੀ ਔਰ ਬਲੋਸਤਾਨ ਦੀ ਜਿਹੜੀ ਕੋਸਟਲ ਬੈਲਟ ਹੈ ਖਾਸ ਤੌਰ 'ਤੇ ਉਹਨੂੰ ਵੀ ਵੰਡੀਏ ਬਾਅਦ ਦੇ ਵਿੱਚ ਉਹਨਾਂ ਦੇ ਕਾਬੂ ਦੇ ਵਿੱਚ ਆਵੇ ਜਿਹੜੇ ਇੱਥੇ ਦੇ ਜ਼ਾਇਨਿਸਟ ਨੇ, ਅਤੇ ਤੁਸੀਂ ਉਹਨਾਂ ਵਾਸਤੇ ਇਹ ਤਾਸੁਬ ਜਿਹੜਾ ਪੰਜਾਬ 'ਚ ਵੀ ਕ੍ਰੀਏਟ ਕਰ ਰਹੇ ਹੋ ਔਰ ਬਾਕੀ ਸੂਬਿਆਂ ਦੇ ਨਾਲ ਜਿਹੜਾ ਤਾਸੁਬ ਹੈ, ਯਾਨੀ ਉੱਥੇ ਵੀ ਇਹ ਨੈਕਸਟ ਜਿਹੜਾ ਨੈਕਸਟ ਉਹਨਾਂ ਦਾ ਟਾਰਗੇਟ ਜਾਂ ਹੁਣ ਵੀ ਬਲਕਿ ਮਤਲਬ ਐਟ ਦਾ ਸੇਮ ਟਾਈਮ ਜਿਹੜਾ ਉੱਥੇ ਵੀ ਇਹ ਤਾਸੁਬ ਜਿਹੜਾ ਉਹ ਪਾਇਆ ਜਾਂਦਾ, ਯਾਨੀ ਉਹਨੂੰ ਤੁਸੀਂ ਫਿਊਲਿੰਗ ਕਰ ਰਹੇ ਹੋ, ਅਤੇ ਇਹ ਸੂਬਿਆਂ ਦੀ ਵੰਡ ਜਿਹੜਾ ਹੈ ਤਾਸੁਬ ਖਤਮ ਕਰਨਾ ਨਹੀਂ ਬਲਕਿ ਤਾਸੁਬ ਨੂੰ ਵਧਾਉਣਾ। ਅੱਛਾ ਅੱਗੇ ਕੀ ਲਿਖ ਰਹੇ ਨੇ, ਮੈਨੇ ਆਪਣੀ ਰਾਏ ਮੇਂ ਕਿਹਾ ਕਿ ਮੈਂ ਸਰਾਇਕੀ ਸੂਬੇ ਕੇ ਨਾਮ ਕੀ ਤਾਇਦ ਮੇਂ ਨਹੀਂ ਹੂੰ, ਮਗਰ ਇੰਤਜ਼ਾਮੀ ਢਾਂਚੇ ਕੀ ਤਬਦੀਲੀ ਬਹੁਤ ਜ਼ਰੂਰੀ ਹੈ। ਇਹ ਬੜੀ ਅਜੀਬ ਗੱਲ ਹੈ, ਯਾਨੀ ਸਰਾਇਕੀ ਕਈ ਵੀ ਜਣਾ ਕਿ ਸਰਾਇਕੀ ਬੋਲੀ ਜਾਂਦੀ ਹੈ ਔਰ ਫਿਰ ਕਹਿਣਾ ਕਿ ਸਰਾਇਕੀ ਇਹ ਜਿਹੜਾ ਇਹਦੇ ਨਾਂ ਦੇ ਕਿਉਂ, ਇਸ ਵਾਸਤੇ ਕਿਉਂਕਿ ਤੁਹਾਨੂੰ ਪਤਾ ਫਿਰ ਦੂਸਰੇ ਸੂਬਿਆਂ ਦੇ ਵਿੱਚ ਜਿਹੜੀਆਂ ਨੇ ਲਿੰਗਵਿਸਟਿਕ ਐਂਟੀਟੀਜ਼ ਜਿਹੜੀਆਂ ਨੇ ਮੌਜੂਦ ਨੇ, ਤੁਸੀਂ ਸਿੰਧ ਦੀਆਂ ਤਾਂ ਛੱਡੋ ਬਲੂਚਿਸਤਾਨ ਦੇ ਵਿੱਚ ਹੁਣ ਇਹ ਖੁਦ ਬਲੋਚ ਨੇ, ਜਾਣਦੇ ਨੇ ਅੱਛੀ ਚੰਗੀ ਬਲੀ ਇਸ ਗੱਲ ਨੂੰ ਜਾਣਦੇ ਨੇ ਕਿ ਬਲੂਚਿਸਤਾਨ ਦੇ ਵਿੱਚ ਜਿਹੜੀਆਂ ਨੇ ਉਹ ਉੱਥੇ ਸਰਾਇਕੀ ਬੋਲਣ ਵਾਲੇ ਹੈ, ਜਿਹੜਾ ਸਰਾਇਕੀ ਜਿਹਨੂੰ ਅਸੀਂ ਪੰਜਾਬੀ ਦਾ ਡਾਇਲੈਕਟ ਕਹਿੰਦੇ ਨੇ ਇਹ ਵੱਖਰੀ ਜ਼ੁਬਾਨ ਆਖਦੇ ਨੇ, ਇਹ ਪੂਰੀ ਜਿਹੜੀ ਪਟ ਫੀਡਰ ਔਰ DM ਜਮਾਲੀ ਔਰ ਇੱਧਰੋਂ ਸ਼ੁਰੂ ਹੋ ਜਾਓ ਜਿਹੜੀ ਸਾਰੀ ਦੀ ਸਾਰੀ ਜਿੱਥੇ ਮਕਸੀ ਬੈਠੇ ਨੇ ਔਰ ਦੂਸਰਾ ਇਹ ਸਾਰੇ ਉੱਥੇ ਸਿੰਧੀ ਔਰ ਸਰਾਇਕੀ ਬੋਲੀ ਜਾਂਦੀ ਹੈ, ਫਿਰ ਯਾਨੀ ਇੱਧਰ ਜਿਹੜਾ ਬਾਰਖਾਨ ਔਰ ਇੱਧਰ ਦਾ ਇਲਾਕਾ ਜਿਹੜਾ ਇੱਧਰੋਂ ਲੱਗਦਾ ਹੈ ਤੁਸੀਂ ਇੱਧਰੋਂ DG ਖਾਨ ਵੱਲੋਂ ਜਾਓ, ਇੱਧਰ ਸਾਰੀ ਇਹ ਮੁਸਾਖੇਲ ਔਰ ਇੱਥੇ ਸਰਾਇਕੀ ਜਿਹੜੀ ਹੈ ਬੋਲੀ ਜਾਂਦੀ ਹੈ, ਅਤੇ ਉਹ ਯਾਨੀ ਬਲੋਚੀ ਬਰਾਵੀ ਔਰ ਜਿਹੜੀਆਂ ਬਾਕੀ ਜਿਹੜੀਆਂ ਜ਼ੁਬਾਨਾਂ ਨੇ ਉੱਥੇ ਦੀਆਂ ਉਹਨਾਂ ਤੋਂ ਵੱਖ ਸਰਾਇਕੀ ਵੀ, ਅਤੇ ਉੱਥੇ ਇਹ ਡਿਵੀਜ਼ਨ ਜਿਹੜੀ ਹੈ ਉਹ ਇਸ ਤਰ੍ਹਾਂ ਤਾਂ ਜ਼ਿਆਦਾ ਬਣ ਜਾਂਦੀ ਹੈ, ਔਰ ਉਹ ਜਿਹੜੀ ਬਲੋਚ ਔਰ ਅਸੀਂ ਤਾਂ ਸਮਝਦੇ ਹਾਂ ਕਿ ਬਲੋਚ ਕੌਮੀਅਤ ਜਿਹੜੀ ਹੈ ਉਹਦੇ ਵਿੱਚ ਕੋਈ ਵੀ ਜ਼ੁਬਾਨ ਬੋਲਣ ਵਾਲਾ ਬਲੋਚ ਕੌਮ ਦਾ ਇੰਟੈਗਰਲ ਪਾਰਟ ਹੈ ਉੱਥੇ ਦੀ ਜੁਗਰਾਫੀ ਔਰ ਉੱਥੇ ਦੇ ਹਿਸਾਬ ਦੇ ਨਾਲ, ਲੇਕਿਨ ਇਹ ਤੁਸੀਂ ਜਿਹੜੀ ਇੱਥੇ ਹੁਣ ਵੰਡ ਪਾ ਰਹੇ ਹੋ ਇਹ ਅਨਨੈਚੁਰਲ ਵੰਡ ਜਿਹੜੀ ਪੰਜਾਬ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਇੱਥੇ ਜਿਹੜਾ ਤਾਸੁਬ ਪਾ ਕੇ, ਔਰ ਫਿਰ ਤੁਸੀਂ ਥੋੜ੍ਹੇ ਚਿਤ ਨਹੀਂ ਕਰੇਜ ਨਹੀਂ ਕਿ ਤੁਸੀਂ ਕਹਿ ਦਿਓ ਕਿ ਜਿਹੜਾ ਹੈ ਅਸੀਂ ਇਹਨੂੰ ਸਰਾਇਕੀ ਨਾ ਦਈਏ, ਫਿਲਹਾਲ ਤੁਸੀਂ ਥੋੜ੍ਹੀ ਫਿਲਹਾਲ ਸਟ੍ਰੈਟਜੀ ਇਹ ਕਿ ਅਸੀਂ ਇਹਨੂੰ ਸਰਾਇਕੀ ਨਾ ਦਈਏ, ਕਿਉਂ ਨਾ ਦਈਏ ਉਹਦੀ ਵਜ੍ਹਾ ਮੈਂ ਦੱਸ ਦਿੱਤੀ ਕਿ ਉੱਥੇ ਫਿਰ ਜ਼ਿਆਦਾ ਗੱਲ ਹੈ, ਉੱਥੇ ਵੀ ਇਹ ਸਿੱਧਾ ਸਿੱਧਾ ਕੁਐਸਚਨ ਜਿਹੜਾ ਇਹ ਕਰਦੇ ਨੇ ਕਿ ਬਈ ਉੱਥੇ ਉੱਥੇ ਵੀ ਤਾਂ ਜ਼ੁਬਾਨਾਂ ਨੇ, ਪਾਕਿਸਤਾਨ ਦੇ ਵਿੱਚ 72+ ਜਿਹੜੀਆਂ ਲੈਂਗੁਏਜਿਸ ਨੇ ਪਾਕਿਸਤਾਨੀ ਫੈਡਰੇਸ਼ਨ 'ਚ ਬੋਲੀਆਂ ਜਾਂਦੀਆਂ ਨੇ, ਤਾਂ ਫਿਰ ਹਰ ਜਗ੍ਹਾ 'ਤੇ ਜ਼ੁਬਾਨ ਦੇ ਮਸਲੇ 'ਤੇ ਕਰਨਾ ਤਾਂ ਕਰੋ, ਫਿਰ ਹਰ ਜਗ੍ਹਾ 'ਤੇ ਕਰੋ, ਫਿਰ ਇਹ ਤਾਂ ਨਹੀਂ, ਔਰ ਉਹ ਜਿਹੜੀਆਂ ਜ਼ੁਬਾਨਾਂ ਬੋਲਣ ਉਹਨਾਂ ਦੇ ਤਾਂ ਤਾਰੀਖੀ ਅਲੱਗ ਨੇ, ਲੇਕਿਨ ਕਿਉਂਕਿ ਤੁਸੀਂ ਬਲੋਚ ਹੋ, ਬਲੋਚ ਬਲੋਚ ਹੋਣ ਦੀ ਹੈਸੀਅਤ ਨਾਲ ਤੁਹਾਨੂੰ ਬਲੋਚ ਰਿਪ੍ਰੈਜੈਂਟੇਟਿਵ ਰਿਪ੍ਰੈਜੈਂਟੇਸ਼ਨ ਦੇ ਵੀ ਬਲੋਚਾਂ ਨੇ ਜਿਹੜੇ ਨੇ ਤੁਹਾਨੂੰ ਇਹ ਮੌਕੇ ਦਿੱਤੇ ਨੇ, ਔਰ ਤੁਸੀਂ ਉਹਨਾਂ ਦੇ ਕਿਸਮ ਦੇ ਮੋਹਰੀ ਬਣ ਕੇ ਅਤੇ ਉੱਥੇ ਉਹਨਾਂ ਦੇ
ਜਿਹੜੇ ਰਾਈਟਸ ਨੂੰ ਡਿਫੈਂਡ ਕੀਤਾ, ਅਤੇ ਉੱਥੇ ਤੁਸੀਂ ਜਦੋਂ ਇੱਥੇ ਦੀ ਗੱਲ ਕਰੋਗੇ ਸਰਾਇਕੀ ਲੈਂਗੁਏਜ ਜਿਹਨੂੰ ਡਿਕਲੇਅਰ ਕਰਾ ਕੇ ਪੰਜਾਬ ਦੀ ਵੰਡ ਦੀ ਗੱਲ ਕਰੋਗੇ, ਤਾਂ ਉਹਦੇ ਵਿੱਚ ਦੂਸਰੇ ਜਿਹੜੇ ਨੇ ਸੂਬੇ ਔਰ ਖਾਸ ਤੌਰ 'ਤੇ ਬਲੋਚਿਸਤਾਨ ਜਿਹੜਾ ਹੈ, ਬਲੋਚਿਸਤਾਨ ਦੀ ਹੈਸੀਅਤ ਨਾਲ ਤੁਹਾਨੂੰ ਪਤਾ ਟਾਰਗੇਟ ਹੁੰਦਾ ਹੈ ਇਸੇ ਵੇਲੇ, ਤਾਂ ਤੁਸੀਂ ਇਸ ਕਰਕੇ ਇਹਨੂੰ ਚੁੱਪ ਕਰਕੇ ਇੰਤਜ਼ਾਮੀ ਵੰਡ ਦਾ ਨਾਂ ਦੇ ਰਹੇ। ਮਗਰ ਕੀ ਕਹਿੰਦੇ ਨੇ, ਇੰਤਜ਼ਾਮੀ ਢਾਂਚੇ ਕੀ ਤਬਦੀਲੀ ਬਹੁਤ ਜ਼ਰੂਰੀ ਹੈ, ਔਰ ਅਗਰ ਤਾਰੀਖੀ ਪਸੇ ਮੰਜ਼ਰ ਦੇਖਾ ਜਾਏ ਤੋ ਆਜ਼ਾਦੀ ਕੇ ਵਕਤ ਪੰਜਾਬ 2 ਹਿੱਸੋਂ ਮੇਂ ਤਕਸੀਮ ਹੁਆ ਥਾ। ਹੁਣ ਇੰਤਜ਼ਾਮੀ ਜਿਹੜੀ ਵੰਡ ਹੈ, ਉਹ ਇੰਤਜ਼ਾਮੀ ਢਾਂਚਾ ਜਿਹੜਾ ਉਹ ਤਾਂ ਆਲਰੇਡੀ ਮੌਜੂਦ ਹੈ, ਹਰ ਸੂਬੇ ਦੇ ਵਿੱਚ ਮੌਜੂਦ ਹੈ, ਡਿਵੀਜ਼ਨ, ਡਿਸਟ੍ਰਿਕਟ, ਤਹਿਸੀਲਸ ਔਰ ਜਿਹੜੀਆਂ ਨੇ ਥੱਲੇ ਯੂਨੀਅਨ ਕੌਂਸਲ ਦੀ ਸ਼ਕਲ 'ਚ, ਉਹ ਵੰਡ ਜਿਹੜੀ ਉੱਥੇ ਉੱਥੇ ਤੁਸੀਂ ਅਥਾਰਿਟੀ ਔਰ ਪੈਸੇ ਦੀ ਵੰਡ ਦੀ ਗੱਲ ਨਹੀਂ ਕਰਦੇ, ਤੁਸੀਂ ਵੰਡ ਦੀ ਗੱਲ ਆਪਣੀਆਂ ਰੂਲਿੰਗ ਅਪਰਚੁਨਿਟੀਜ਼ ਵਧਾਉਣ ਵਾਸਤੇ ਪੰਜਾਬ ਦੀ ਵੰਡ ਦੀ ਗੱਲ ਕਰ ਰਹੇ ਹੋ। ਔਰ ਇੱਥੇ ਜਿਹੜਾ ਤੁਸੀਂ ਇਹਨੂੰ ਦੱਸ ਦਿੱਤਾ ਕਿ ਪੰਜਾਬ 2 ਹਿੱਸਿਆਂ 'ਚ ਤਕਸੀਮ ਹੋਇਆ ਸੀ, ਬਾਬਾ ਉਹ ਤਾਂ ਤੁਸੀਂ ਤੁਹਾਡੇ ਜਿਹੜੇ ਸਨ, ਜਿਹੜੇ ਤੁਹਾਡੇ ਉਸਤਾਦ ਸਨ ਕਮਿਊਨਿਸਟ ਪਾਰਟੀ ਵਾਲੇ, ਕਮਿਊਨਿਸਟ ਪਾਰਟੀ ਆਫ ਇੰਡੀਆ ਵਾਲੇ, ਉਹਨਾਂ ਨੇ ਇੱਥੇ ਕਮਿਊਨਲ ਫਸਾਦ ਜਿਹੜਾ ਸੀ ਰਿਲੀਜਨ ਦੀ ਬੇਸਿਸ ਦੇ ਉੱਤੇ ਉਹ ਖੜਾ ਕੀਤਾ। ਔਰ ਜਿਹੜਾ ਜਿੱਥੇ ਪੰਜਾਬ ਦੇ ਵਿੱਚ ਕਦੀ ਕਮਿਊਨਲ ਫਸਾਦ ਦੇ ਅਸੀਂ ਨਾਂ ਨਹੀਂ ਸੁਣਿਆ, ਹਿਸਟਰੀ ਚੁੱਕ ਕੇ ਦੇਖੋ ਕਿ ਕਦੀ ਵੀ ਇੱਥੇ ਇਸ ਕਿਸਮ ਦੇ ਰਾਈਟਸ ਨਹੀਂ ਹੋਏ, ਅਤੇ ਤੁਸੀਂ ਇੱਥੇ ਉਹਦੇ ਕੋਲ ਤੁਸੀਂ ਅਜੇ ਨਹੀਂ ਰਜੇ, ਔਰ ਤੁਸੀਂ ਇੱਥੇ 2 ਲੱਖ ਜਿਹੜੇ 20 ਲੱਖ ਯਾਨੀ 2 ਮਿਲੀਅਨ ਜਿਹੜੇ ਪੰਜਾਬੀ ਉਸ ਤੋਂ ਵੱਧ ਜਿਹੜੇ ਨੇ ਉਸ ਫਸਾਦ ਦੇ ਵਿੱਚ ਮਰਵਾਏ ਔਰ ਪੰਜਾਬੀਆਂ ਨੂੰ ਤਕਸੀਮ ਕੀਤਾ। ਅਤੇ ਉਹ ਤੁਸੀਂ ਉਹਦੀ ਜਿਹੜੀ ਹੈ ਉਹ ਰੀਜ਼ਨਿੰਗ ਇੱਥੇ ਪੇਸ਼ ਕਰ ਰਹੇ ਹੋ, ਜਦਕਿ ਉਹ ਬਿਲਕੁਲ ਗਲਤ ਹੈ। ਅਤੇ ਹੁਣ ਤੁਸੀਂ ਚਾਹੁੰਦੇ ਹੋ ਫਿਰ ਨਵਾਂ ਫਸਾਦ ਹੋਵੇ, ਹੈ ਅੱਗੇ ਕਹਿੰਦੇ ਨੇ ਰਕਬੇ ਕੇ ਲਿਹਾਜ਼ ਸੇ ਬੜਾ ਹਿੱਸਾ ਪਾਕਿਸਤਾਨ ਔਰ ਛੋਟਾ ਹਿੱਸਾ ਹਿੰਦੁਸਤਾਨ ਕੇ ਹਿੱਸੇ ਮੇਂ ਆਇਆ। ਅੱਛਾ ਜੀ, ਭਾਰਤ ਨੇ ਸੂਬਾਈ ਤਾਸੁਬ ਖਤਮ ਕਰਨੇ ਕੇ ਲੀਏ ਮਸ਼ਰਕੀ ਪੰਜਾਬ ਕੋ 3 ਹਿੱਸੋਂ ਮੇਂ ਤਕਸੀਮ ਕਰ ਦਿਆ। ਅੱਛਾ ਇਹ ਦੇਖੋ ਕਿੰਨੀ ਅਜੀਬ ਲਫਜ਼ਾਂ ਦਾ ਇਸਤੇਮਾਲ ਹੈ ਨਾ, ਘੁਮਾ ਕੇ ਕਰ ਦਿਉ, ਸੂਬਾਈ ਤਾਸੁਬ ਨੂੰ ਖਤਮ ਕਰਨ ਲਏ, ਯਾਨੀ ਪੰਜਾਬ ਜਿਹੜਾ ਸੀ ਇੰਡੀਅਨ ਪੰਜਾਬ, ਇੰਡੀਆ ਦੀਆਂ ਜਿਹੜੀਆਂ ਜਿਹੜੀਆਂ ਸਟੇਟਸ ਦੇ ਵਿੱਚ ਨੈਸ਼ਨਲ ਕੁਐਸਚਨ ਕੌਮੀ ਸਵਾਲ ਉੱਠਿਆ ਜਾਂ ਆਪਣੇ ਰਾਈਟਸ ਵਾਸਤੇ ਆਪਣੀ ਆਈਡੈਂਟੀ ਵਾਸਤੇ, ਇੰਡੀਅਨ ਜਿਹੜੀ UPITN ਰੂਲਿੰਗ ਅਲੀਟ ਹੈ ਉਹਨਾਂ ਨੇ ਇਹੀ ਕੰਮ ਕੀਤਾ ਕਿ ਉੱਥੇ ਉਹਨਾਂ ਸਟੇਟਸ ਜਾਂ ਉਹਨਾਂ ਸੂਬਿਆਂ ਦੇ ਵਿੱਚ ਕੌਮਾਂ ਦੇ ਅੰਦਰ ਲਿੰਗਵਿਸਟਿਕ, ਐਥਨਿਕ ਔਰ ਈਵਨ ਰਿਲੀਜਨ ਨੂੰ ਵਰਤ ਕੇ, ਇਹਨਾਂ ਗਰਾਊਂਡਸ ਨੂੰ ਵਰਤ ਕੇ ਉਹਨਾਂ ਦੇ ਵਿੱਚ ਵੰਡਾਂ ਪਾਈਆਂ ਔਰ ਉਹਨਾਂ ਨੂੰ ਆਪਸ ਦੇ ਵਿੱਚ ਲੜਾ ਬਿੜਾ ਕੇ ਤਕਸੀਮ ਕਰ ਦਿੱਤਾ। ਅਤੇ ਪੰਜਾਬ 'ਚ, ਇੰਡੀਅਨ ਪੰਜਾਬ 'ਚ ਵੀ ਇਵੇਂ ਹੋਇਆ ਕਿ ਉੱਥੇ ਪਹਿਲੇ ਹਿੰਦੂ ਔਰ ਸਿੱਖਾਂ ਦਾ ਆਪਸ ਦੇ ਵਿੱਚ ਲੜਾਈ ਕਰਾ ਦਿੱਤੀ ਗਈ। ਜਿਸ ਤਰ੍ਹਾਂ ਪੰਜਾਬ ਨੂੰ ਇੱਥੇ ਟੋਟਲੀ ਤਕਸੀਮ ਕੀਤਾ ਗਿਆ, ਅਤੇ ਜਦੋਂ 2047 'ਚ ਬਣਿਆ ਤਾਂ ਮੁਸਲਿਮ ਔਰ ਨੋਨ ਮੁਸਲਿਮ, ਯਾਨੀ ਨੋਨ ਮੁਸਲਿਮ ਦੇ ਵਿੱਚ ਹਿੰਦੂ ਔਰ ਸਿੱਖ ਔਰ ਸਾਰੇ ਸ਼ਾਮਿਲ ਸਨ, ਉਹਨਾਂ ਨੂੰ ਸਾਈਡ 'ਤੇ ਕਰ ਦਿੱਤਾ ਗਿਆ ਔਰ ਇੱਧਰੋਂ ਜਿਹੜਾ ਸੀ ਇਹਨਾਂ ਨੂੰ ਆਪਸ ਭਿੜਾ ਦਿੱਤਾ ਗਿਆ। ਉਹ ਇਹ ਭਿੜੇ ਆਪਸ ਦੇ ਵਿੱਚ ਔਰ ਮਰਮ ਇੱਕ ਦੂਜੇ ਨੂੰ ਇਹਨਾਂ ਨੇ ਵੱਢਿਆ ਕੁੱਟੁੱਕਿਆ। ਉਸ ਤੋਂ ਬਾਅਦ ਜਿਹੜਾ ਅਸੀਂ ਦੇਖਦੇ ਹਾਂ ਕਿ ਹੁਣ ਉਸ ਤੋਂ ਬਾਅਦ ਜਿਹੜੀ ਤੁਸੀਂ ਮਾਸ਼ਾਅੱਲਾ ਇੱਥੇ ਐਗਜ਼ਾਮਪਲ ਦੇ ਰਹੇ ਹੋ, ਕਹਿੰਦੇ ਸੂਬਾਈ ਤਾਸੁਬ ਖਤਮ ਕਰ ਦਿੱਤਾ ਗਿਆ। ਸੂਬਾਈ ਤਾਸੁਬ ਖਤਮ ਕੀਤਾ ਗਿਆ, ਸੂਬਾਈ ਤਾਸੁਬ ਵਧਾ ਦਿੱਤਾ ਗਿਆ, ਯਾਨੀ ਉਹ ਜਿਹੜਾ ਆਪਣਾ ਉੱਥੇ ਇੰਡੀਆ ਨੇ ਸੂਬਾਈ ਤਾਸੁਬ ਨਹੀਂ ਉਹਨੂੰ ਕਹਾਂਗੇ, ਇੱਥੇ ਲਫ਼ਜ਼ ਜਿਹੜਾ ਤੁਸੀਂ ਗਲਤ ਇਸਤੇਮਾਲ ਕਰ ਰਹੇ ਹੋ ਔਰ ਮਿਸਲੀਡਿੰਗ ਹੈ। ਉੱਥੇ ਸੂਬਿਆਂ ਦਾ ਜਿਹੜੀ ਕੌਮੀ ਤਹਿਰੀਕਾਂ ਸੀ ਉਹਦੇ ਵਿੱਚ ਸੂਬਾਈ ਤਾਸੁਬ ਪੈਦਾ ਕੀਤਾ ਔਰ ਸੂਬਾਈ ਤਾਸੁਬ ਪੈਦਾ ਕਰਕੇ ਨਵੇਂ ਸੂਬੇ ਕੱਢੇ, ਨਵੀਆਂ ਸਟੇਟਸ ਕੱਢੀਆਂ। ਔਰ ਸੂਬਾਈ ਤਾਸੁਬ ਜਿਸ ਤਰ੍ਹਾਂ ਇੰਡੀਅਨ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰਿਆਣਾ ਸੂਬਾ ਕੱਢਿਆ ਜਿਹੜਾ ਹਿੰਦੂ ਰਿਲੀਜਨ ਔਰ ਫਿਰ ਉਹਨਾਂ ਦੀ ਜ਼ੁਬਾਨ ਜਿਹੜੀ ਹੈ ਖੜੀ ਬੋਲੀ ਜਿਹੜੀ ਉਹਨੂੰ ਜਿਹੜੀ ਪੰਜਾਬੀ ਔਰ ਉਹਦਾ ਜਿਹੜਾ ਇੱਕ ਅਮੈਲਗਮੇਸ਼ਨ ਹੈ ਇਹਦੀ ਉਰਦੂ ਦੀ, ਉਹ ਉਹਨਾਂ ਨੇ ਉਹਨੂੰ ਹਿੰਦੀ ਦਾ ਨਾਂ ਲਿਖਿਆ ਔਰ ਇੱਧਰੋਂ ਜਿਹੜਾ ਹਿਮਾਚਲ ਪ੍ਰਦੇਸ਼ ਕੱਢ ਦਿੱਤਾ ਐਥਨੀਸਿਟੀ ਦੀ ਔਰ ਫਿਰ ਜ਼ੁਬਾਨ ਦਾ ਰੌਲਾ ਪਾ ਕੇ ਉਹਨੂੰ ਵੀ ਵੱਖਰਾ ਕਰ ਦਿੱਤਾ। ਅਤੇ ਉਹ ਉੱਥੇ ਇੰਡੀਆ ਨੇ ਸੂਬਾਈ ਤਾਸੁਬ ਨੂੰ ਵਰਤਿਆ, ਉਸ ਨੂੰ ਉਸ ਤਾਸੁਬ ਨੂੰ ਹਵਾ ਦੇ ਕੇ ਉੱਥੇ ਕੌਮੀ ਸਵਾਲ ਨੂੰ, ਯਾਨੀ ਜਿਹੜਾ ਕੌਮੀ ਸਵਾਲ ਰਲ ਕੇ ਉੱਥੇ ਦੇ ਪੰਜਾਬੀਆਂ ਨੇ ਉਹਨੂੰ ਐਡਰੈਸ ਕਰਵਾਉਣਾ ਸੀ ਇੰਡੀਅਨ ਰੂਲਿੰਗ ਅਲੀਟ ਕੋਲੋਂ ਔਰ ਆਪਣੇ ਮਸਲੇ ਹੱਲ ਕਰਨੇ ਸਨ, ਉਹ ਨਹੀਂ ਉਹਨੂੰ ਐਡਰੈਸ ਕਰ ਸਕੇ ਔਰ ਆਪਸ ਦੇ ਵਿੱਚ ਉਹਨਾਂ ਨੇ ਉੱਥੇ ਦੇ ਇੱਕ ਦੂਸਰੇ ਨੂੰ ਯਾਨੀ ਦੁਬਾਰਾ ਆਪਣੀ ਡਿਵੀਜ਼ਨਸ ਕਰਵਾ ਕੇ ਬਾਅਦ ਦੇ ਵਿੱਚ ਪੰਜਾਬ ਦਾ ਹਾਲ ਦੇਖ ਲਓ, ਉੱਥੇ ਹਰਿਆਣੇ ਦਾ ਔਰ ਹਿਮਾਚਲ ਦਾ ਦੇਖ ਲਓ, ਪੰਜਾਬ ਉੱਥੇ ਪੰਜਾਬ ਦਾ ਹਾਲ ਤਾਂ ਹੈ ਉੱਥੇ ਦੀ ਜਿਹੜੀ ਇੰਡੀਅਨ ਪੰਜਾਬ ਦਾ, ਕਿ ਉੱਥੇ ਦੀ ਜਿਹੜੀ ਜਿਹੜੀ ਕਾਬਲ ਜ਼ੈਨ ਸੀ ਉਹ ਤਾਂ ਬਾਹਰ ਚਲਾ ਗਿਆ, ਉੱਥੇ ਬਾਹਰ ਸੈਟਲ ਹੋ ਗਿਆ ਔਰ ਉੱਥੇ ਜਿਹੜਾ ਪਿੱਛੇ ਲੋਕ ਰਹਿ ਗਏ ਔਰ ਉਹਨਾਂ ਨੇ ਆਪਣਾ ਜਿਹੜਾ ਯਾਨੀ ਵਾਢੀਆਂ ਤੋਂ ਲੈ ਕੇ ਔਰ ਜਿਹੜਾ ਜਿਤਨਾ ਵੀ ਡੇਲੀ ਦਾ ਕੰਮ ਹੈ ਉਹਦੇ ਵਾਸਤੇ ਫਿਰ ਜਿਹੜਾ ਸੀ ਇਕਨੋਮਿਕ ਅਪਰਚੁਨਿਟੀਜ਼ ਬਿਹਾਰ ਔਰ ਜਿਹੜੀਆਂ ਇੱਥੇ ਦੀਆਂ ਜਿਹੜੀਆਂ ਭੁੱਖੀਆਂ ਰਿਆਸਤਾਂ ਨੇ ਜਿੱਥੇ ਦੀ ਚੀਪ ਲੇਬਰ ਸੀ ਉਹਨਾਂ ਦੇ ਜ਼ਰੀਏ ਉੱਥੇ ਆ ਕੇ ਉਹਨਾਂ ਨੇ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਔਰ ਪੰਜਾਬ ਦੀ ਜਿਹੜੀ ਯੂਥ ਹੈ ਉਹਨੂੰ
ਫਰਦਰ ਜਿਹੜਾ ਹੈ ਉਹਨੂੰ, ਯਾਨੀ ਕਿਉਂਕਿ ਉਹ ਅਥਰੇ ਲੋਕ ਨੇ, ਜਿਸ ਤਰ੍ਹਾਂ ਪੰਜਾਬੀ ਸ਼ੁਰੂ ਤੋਂ ਅਥਰੇ ਰਹੇ ਨੇ ਇੱਥੇ ਔਰ ਉੱਥੇ ਸਾਰੇ, ਅਤੇ ਉਹਨਾਂ ਨੂੰ ਮਿੱਠੀ ਨੀਂਦਰ ਵਾਸਤੇ ਉਹਨਾਂ ਨੂੰ ਨਸ਼ੇ ਦੇ ਉੱਤੇ ਲਾ ਦਿੱਤਾ, ਅਤੇ ਉਹ ਜਿਹੜਾ ਹੈ ਫਿਰ ਉਹ, ਯਾਨੀ ਉੱਥੇ ਜਿਹੜੀ ਹੈ ਉਹ ਪੰਜਾਬੀਆਂ ਦੀ ਪੈਥੈਟਿਕ ਹਾਲਤ ਕਰ ਦਿੱਤੀ। ਉਸ ਉਹ ਪੰਜਾਬ ਦਾ ਜਿਹੜਾ ਪੰਜਾਬੀ ਕੌਮੀ ਸਵਾਲ ਜਿਹੜਾ ਰਲ ਕੇ ਹਿੰਦੂ ਸਿੱਖ ਔਰ ਹਿਮਾਚਲ ਪ੍ਰਦੇਸ਼ ਦੇ ਲੋਕ ਰਲ ਕੇ ਉਹਨੂੰ ਆਪਣੇ ਰਾਈਟਸ ਵਾਸਤੇ ਸਾਂਝ ਕਰ ਸਕਦੇ ਸੀ ਔਰ ਇੰਡੀਅਨ ਸਟੇਟ ਕੋਲੋਂ ਉਹਨੂੰ ਲੈ ਸਕਦੇ ਸਨ, ਉਹ ਆਪਸ ਡਿਵਾਈਡ ਹੋ ਕੇ ਉਹ ਆਪਣੀ ਮੌਤ ਆਪ ਮਰ ਗਿਆ। ਔਰ ਫਰਦਰ ਫਿਰ ਉੱਥੇ ਅਸੀਂ ਦੇਖਦੇ ਹਾਂ ਕਿ ਇੰਡੀਅਨ ਜਿਹੜੇ ਉਹਨਾਂ ਦੀ, ਯਾਨੀ ਜਿਹੜੇ ਦੂਸਰੀਆਂ ਸਟੇਟਸ ਦੇ ਲੋਕ ਆ ਕੇ ਉੱਥੇ ਡੈਮੋਗ੍ਰਾਫੀ ਚੇਂਜ ਕਰਦੇ ਨੇ, ਔਰ ਦੂਸਰਾ ਉੱਥੇ ਔਰ ਪੰਜਾਬੀ ਜਿਹੜੀ ਹੈ ਉਹਨੂੰ ਪੰਜਾਬੀ ਰਹਿਣ ਨਹੀਂ ਦਿੱਤਾ, ਉਹਨੂੰ ਜਿਹੜਾ ਹਿੰਦਾਬੀ ਬਣਾ ਕੇ ਔਰ ਉੱਥੇ ਉਹਦਾ ਕੁਛ ਦਾ ਕੁਛ ਕਰ ਦਿੱਤਾ। ਔਰ ਇੰਡੀਅਨ ਜਿਹੜਾ ਪੰਜਾਬੀ ਨੈਸ਼ਨਲਿਜ਼ਮ ਜਿਹੜਾ ਹੋਣਾ ਚਾਹੀਦਾ ਸੀ ਉਹਨੂੰ ਉੱਥੇ ਵੀ ਉਹਨਾਂ ਨੇ ਇੱਕ ਸਿੱਖ ਧਰਮ ਦਾ ਜਿਹੜਾ ਉਹਦੇ 'ਤੇ ਤੜਕਾ ਲਾ ਕੇ ਔਰ ਜਿਹੜਾ ਖਾਲਿਸਤਾਨੀ ਔਰ ਇਸ ਕਿਸਮ ਦਾ, ਮੈਂ ਉਹਦੀ ਗੱਲ ਨਹੀਂ ਕਰਨਾ ਚਾਹੁੰਦਾ ਸੀ, ਲੇਕਿਨ ਕਿਉਂਕਿ ਤੁਸੀਂ ਔਰ ਕਿਉਂਕਿ ਸਾਡੇ ਤੋਂ ਉਹਨਾਂ ਦਾ ਹੁਣ ਤਾਲੁਕ ਨਹੀਂ, ਤਾਂ ਉਹ ਸਿਰਫ ਇਸ ਵਾਸਤੇ ਗੱਲ ਕੀਤੀ ਕਿ ਤੁਸੀਂ ਉਹਨਾਂ ਦੀ ਇਗਜ਼ਾਮਪਲ ਇੱਥੇ ਦਿੱਤੀ ਹੈ ਕਿ ਸੂਬਾਈ ਦਾ, ਤਾਂ ਸੂਬਾਈ ਤਾਸੁਬ ਖਤਮ ਨਹੀਂ ਕੀਤਾ, ਸੂਬਾਈ ਤਾਸੁਬ ਨੂੰ ਹਵਾ ਦੇ ਕੇ ਇੰਡੀਅਨ ਪੰਜਾਬ ਦੇ 3 ਹਿੱਸੇ ਕਰ ਦਿੱਤੇ ਔਰ ਉੱਥੇ ਤਬਾਹੀ ਫੇਰ ਦਿੱਤੀ। ਯਾਨੀ ਜਿਹੜੀ ਉੱਥੇ ਦੀਆਂ ਕੌਮੀਅਤਾਂ ਨੇ, ਚਾਹੇ ਪੰਜਾਬੀ ਕੌਮੀਅਤ ਹੈ ਜਿਹੜੀਆਂ ਬਾਅਦ ਵਿੱਚ ਇਹਨਾਂ ਨੇ ਕੱਢੀਆਂ, ਉਹਨਾਂ ਦੀਆਂ ਸਭ ਦਾ ਬੁਰਾ ਹਾਲ ਕਰ ਦਿੱਤਾ ਔਰ ਉਹ ਜਿਹੜੇ ਨੇ ਪਹਿਲੇ ਨੂੰ ਬਦਤਰ ਹਾਲਤ ਦੇ ਵਿੱਚ ਉੱਥੇ ਰਹਿ ਰਹੇ ਨੇ। ਬੇਸ਼ੱਕ ਮੇਰੀ ਗੱਲ ਨੂੰ ਤੁਸੀਂ ਫਰਦਰ ਰਿਸਰਚ ਕਰ ਸਕਦਾ ਕੋਈ ਵੀ। ਅੱਗੇ ਕਹਿੰਦੇ ਨੇ ਜਿਨ ਮੇ ਸੂਬਾ ਪੰਜਾਬ, ਸੂਬਾ ਹਰਿਆਣਾ, ਸੂਬਾ ਹਿਮਾਚਲ, ਜਿਹੜਾ ਇਸੀ ਫਾਰਮੂਲਾ ਕੇ ਤਹਿਤ ਪਾਕਿਸਤਾਨੀ ਸੂਬਾ ਪੰਜਾਬ ਕੋ ਵੀ ਅਗਰ 3 ਸੂਬੋਂ, ਸ਼ੁਮਾਲੀ, ਜਨੂਬੀ ਔਰ ਵਸਤੀ ਪੰਜਾਬ ਮੇ ਤਕਸੀਮ ਕਰ ਦਿਆ ਜਾਏ, ਤੋ ਇਨਜ਼ਾਮੀ ਲਿਹਾਜ਼ ਸੇ ਅਲੱਦਾ ਅਲੱਦਾ ਸੂਬਾ ਆਪਣੇ ਵਸਾਇਲ ਆਪਣੇ ਇਲਾਕੇ ਮੇ ਇਸਤੇਮਾਲ ਕਰਕੇ ਤਰੱਕੀ ਕੀ ਮਨਾਜ਼ਿਲ ਤੈਅ ਕਰੇਗਾ ਔਰ ਜਨੂਬੀ ਪੰਜਾਬ ਕੇ ਕਿਆਮ ਸੇ ਪਸਮਾਂਦਾ ਜ਼ਿਲ੍ਹਾ ਮੇ ਪਾਇਆ ਜਾਣੇ ਵਾਲਾ ਅਹਿਸਾਸ ਮਹਿਰੂਮੀ ਕੋ ਵੀ ਕਾਫੀ ਖਾਤਮਾ ਹੋਗਾ। ਸੂਬਾ ਸੂਬਾ ਪੰਜਾਬ ਵਤਨ ਅਜ਼ੀਜ਼ ਕੀ ਆਬਾਦੀ ਕਾ ਤਕਰੀਬਨ 62% ਹੈ, ਆਬਾਦੀ ਪਰ ਮੁਹਿਤ ਹੈ, ਜਬਕਿ ਦੀਗਰ ਛੋਟੇ ਸੂਬੋਂ ਕੀ ਆਬਾਦੀ 38% ਹੈ, ਜਿਸ ਕੀ ਵਜ੍ਹਾ ਸੇ ਪਾਰਲੀਮੈਂਟ ਮੇ ਛੋਟੇ ਸੂਬੋਂ ਕੀ ਆਵਾਜ਼ ਦਬ ਜਾਣੇ ਕਾ ਤਾਸਰ ਪਾਇਆ ਜਾਤਾ ਹੈ। ਪੰਜਾਬ ਕੋ ਤਕਸੀਮ ਔਰ ਜਨੂਬੀ ਪੰਜਾਬ ਕਾ ਅਲੱਗ ਸੂਬਾ ਬਣਾਨੇ ਸੇ, ਅਲੱਗ ਸੂਬੇ ਕੇ ਕਿਆਮ ਸੇ ਪਾਰਲੀਮੈਂਟ ਮੇ ਤਵਾਜ਼ਨ ਹੋਗਾ। ਹੁਣ ਦੇਖੋ ਕੀ ਕਹਿ ਰਹੇ ਨੇ, ਪਹਿਲੇ ਤਾਂ ਗੱਲ ਰਹੇ ਕਿ ਜੀਤ ਅਹਿਸਾਸ ਮਹਿਰੂਮੀ ਦੂਰ ਹੋਗਾ, ਇਹਨਾਂ ਨੂੰ ਅਹਿਸਾਸ ਮਹਿਰੂਮੀ ਬਲੂਚਿਸਤਾਨ ਦੇ ਵਿੱਚ, ਸਿੰਧ ਦੇ ਵਿੱਚ ਔਰ ਕੇ ਪੀ ਕੇ ਦੇ ਵਿੱਚ ਨਹੀਂ ਦਿਸਦਾ, ਜਿੱਥੇ ਜਿਹੜਾ ਡਿਸਪੈਰਿਟੀ ਹੈ ਕੈਪੀਟਲ ਔਰ ਜਿਹੜਾ ਉੱਥੇ ਦੇ ਫਾਰਫਲੰਗ ਏਰੀਆਜ਼ ਦਰਮਿਆਨ ਪੰਜਾਬ ਕੋਲੋਂ ਕਿਤੇ ਜ਼ਿਆਦਾ ਹੈ, ਉੱਥੇ ਦੀ ਇਹ ਗੱਲ ਨਹੀਂ ਕਰਨਗੇ। ਔਰ ਦੂਸਰਾ ਹੈ ਕਿ ਜਿਹੜਾ ਅਹਿਸਾਸ ਮਹਿਰੂਮੀ ਦਾ ਰੋਣਾ ਰੋ ਰਹੇ ਨੇ ਉਹ ਕਿਹਨਾਂ ਦੀ ਵਜ੍ਹਾ ਤੋਂ ਪੈਦਾ ਹੋਈ ਹੈ, ਪੰਜਾਬ ਜਿਹੜੀ ਹੈ, ਪੰਜਾਬ ਇੱਕ ਕੌਮੀ ਰਿਆਸਤ ਹੈ, ਪੰਜਾਬ ਇੱਕ ਨੇਸ਼ਨ ਜਿਹੜਾ ਹੈ ਉਹ ਇੱਕ ਰੀਜਨ ਹੈ, ਨੈਸ਼ਨਲ ਰੀਜਨ ਹੈ ਪੰਜਾਬੀਆਂ ਦਾ, ਉਹਦੇ ਵਿੱਚ ਇਹਨਾਂ ਨੂੰ ਅਹਿਸਾਸ ਮਹਿਰੂਮੀ ਨਜ਼ਰ ਆ ਰਹੀ ਹੈ ਔਰ ਉਹਦੇ ਵਿੱਚ ਅਹਿਸਾਸ ਮਹਿਰੂਮੀ ਅਗਰ ਅਸੀਂ ਕਹੀਏ ਵੀ ਕਿ ਉਹ ਜਿਹੜਾ ਅਰਬਨ ਔਰ ਰੂਰਲ ਦੇ ਦਰਮਿਆਨ ਜਿਹੜੀ ਹੈ ਬਿਲਕੁਲ ਐਗਜ਼ਿਸਟ ਕਰਦੀ ਹੈ, ਇਸ ਤੋਂ ਕੋਈ ਇਨਕਾਰ ਨਹੀਂ ਕਰਦਾ, ਤਾਂ ਕਿਹਦੀ ਵਜ੍ਹਾ ਤੋਂ ਹੈ? ਉਹ ਤੁਹਾਡੇ ਰੂਲਿੰਗ ਲੀਡ ਦੀ ਵਜ੍ਹਾ ਤੋਂ, ਚੁੱਕ ਕੇ ਦੇਖ ਲਓ ਉੱਥੇ ਦੀ ਜਿਹੜੀ ਹਿਸਟਰੀ ਪੰਜਾਬ ਦੇ ਉੱਤੇ ਕੌਣ ਲੋਕ ਰੂਲ ਕਰਦੇ ਰਹੇ ਨੇ ਔਰ ਕਿਹਨਾਂ ਦੇ, ਯਾਨੀ ਉਹ ਰੂਲ ਕਰਦੇ ਨੇ, ਬਾਅਦ ਦੇ ਵਿੱਚ ਜਦੋਂ ਇਲੈਕਸ਼ਨ ਹੋਣ ਲੱਗਦੇ ਨੇ ਤਾਂ ਉਹ ਇਸ ਕਿਸਮ ਦੀ ਗੱਲ ਕਰਕੇ ਲੋਕਾਂ ਨੂੰ ਆਪਸ ਦੇ ਵਿੱਚ, ਯਾਨੀ ਉਹ ਫਸਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜਿਹੜੀ ਇਸ ਕਿਸਮ ਦਾ ਜਿਹੜਾ ਇੱਥੇ ਕੋਈ ਅਹਿਸਾਸ ਮਹਿਰੂਮੀ ਦੀ ਰੀਜ਼ਨ ਹੈ, ਅਹਿਸਾਸ ਮਹਿਰੂਮੀ ਦੀ ਰੀਜ਼ਨ ਤੁਸੀਂ ਹੋ ਕਿ ਤੁਸੀਂ ਲੋਕਾਂ ਨੇ ਅੱਜ ਤੱਕ ਆਪਣੇ ਜਿਹੜਾ ਅਥਾਰਟੀ ਔਰ ਪੈਸਾ ਜਿਹੜਾ ਹੈ, ਬਜਟ ਜਿਹੜਾ ਹੈ, ਉਹਨੂੰ ਇਕੁਇਟੇਬਲ ਵੇ ਦੇ ਵਿੱਚ ਜਿਹੜਾ ਹੈ ਡਿਵਾਈਡ ਨਾ ਕੀਤਾ, ਨਾ ਹੋਣ ਦਿੱਤਾ, ਆਪਣੇ ਬਸ ਤੁਸੀਂ ਮਜ਼ੇ ਲੈ ਨੇ ਇਕਤਦਾਰ ਦੇ। ਅੱਗੇ ਕਹਿੰਦੇ ਨੇ ਜੀ ਕਿ ਜਨੂਬੀ ਪੰਜਾਬ ਕੇ ਅਲੱਗ ਸੂਬੇ ਕੇ ਕਿਆਮ ਸੇ ਪਾਰਲੀਮੈਂਟ ਮੇ ਤਵਾਜ਼ਨ ਕਾਇਮ ਹੋਗਾ, ਇਹ ਕਿਤਨੀ ਇਰਰੈਸ਼ਨਲ ਔਰ ਅਨਸਾਇੰਟੀਫਿਕ ਗੱਲ ਹੈ। ਪਾਰਲੀਮੈਂਟ 'ਚ ਕਿਸ ਤਰ੍ਹਾਂ ਤਵਾਜ਼ਨ ਹੋਏਗਾ ਜਦੋਂ ਪੰਜਾਬ ਦੇ 3 ਸੂਬੇ ਬਣਦੇ ਨੇ ਔਰ ਬਾਕੀ 3 ਸੂਬੇ ਇੱਕ ਸਾਈਡ 'ਤੇ ਰਹਿ ਜਾਂਦੇ ਨੇ, ਅਤੇ 3 ਸੂਬਿਆਂ ਦੀਆਂ ਸੈਨੇਟ ਦੇ ਵਿੱਚ ਸੀਟਾਂ ਔਰ ਪੰਜਾਬ ਦੇ 3 ਸੂਬਿਆਂ ਦੀਆਂ, ਯਾਨੀ ਪੰਜਾਬ 'ਚੋਂ ਜਿਹੜੇ 3 ਸੂਬੇ ਕੱਢ ਰਹੇ ਉਹਨਾਂ ਦੀਆਂ ਸੈਨੇਟ ਦੇ ਵਿੱਚ ਸੀਟਾਂ ਪੰਜਾਬ ਦੀਆਂ ਉਹਨਾਂ ਦੇ ਬਰਾਬਰ ਹੋ ਜਾਂਦੀਆਂ ਨੇ। ਹੁਣ ਪੰਜਾਬ ਦੀਆਂ ਅਗਰ ਸੈਨੇਟ ਦੇ ਵਿੱਚ ਲੈਟਸ ਏ ਕਿ 20 ਨੇ, ਤਾਂ ਬਾਕੀ ਹਰ ਸੂਬੇ ਦੀਆਂ 20-20 ਨੇ, ਉਹ ਬਣ ਕੇ 60 ਹੁੰਦੀਆਂ ਨੇ, ਤਾਂ ਜਦੋਂ ਪੰਜਾਬ ਦੇ 3 ਸੂਬੇ ਬਣਾਉਂਦੇ ਹੋ ਤਾਂ, ਕਿਉਂਕਿ ਸੈਨੇਟ ਦੇ ਵਿੱਚ ਰਿਪ੍ਰੈਜੈਂਟੇਸ਼ਨ ਹਰ ਸੂਬੇ ਦੀ ਇਕੁਅਲ ਹੈ, ਤਾਂ ਪੰਜਾਬ ਦੇ 3 ਸੂਬੇ ਬਣਾ ਕੇ ਹਰ ਇੱਕ ਦੀਆਂ 20-20 ਹੋ ਜਾਣਗੀਆਂ, ਤਾਂ 60 ਏ ਤਾਂ 60 ਹੋ, ਔਰ 3 ਛੱਡ ਕੇ ਜ਼ਿਆਦਾ ਬਣਾ ਦਿੱਤੇ ਤਾਂ ਉਹਨਾਂ ਦੀ ਜਿਹੜੀ ਮੈਜੋਰਿਟੀ ਉਹ ਰਲ ਕੇ ਤਿੰਨਾਂ ਦੀ ਤੁਸੀਂ ਜਿਹੜਾ ਉਹਨੂੰ ਡਿਫੀਟ ਕਰਦੇ ਹੋ ਉੱਥੇ ਸੈਂਟਰ ਦੇ ਵਿੱਚ, ਅਤੇ ਤਵਾਜ਼ਨ ਕਾਇਮ ਹੁੰਦਾ ਹੈ, ਤਵਾਜ਼ਨ ਫਰਦਰ ਵਿਗੜ ਕੇ ਜਿਹੜਾ ਤੁਹਾਡੀ ਇੱਕ ਜਿਹੜਾ ਇੱਕ ਜਿਹੜੀ ਡਿਕਟੇਟਰਸ਼ਿਪ ਬਣਦੀ ਹੈ ਪੰਜਾਬ ਦੀ ਰੂਲਿੰਗ ਅਲੀਟ ਦੀ, ਨਾ ਸਿਰਫ ਪੰਜਾਬ ਦੇ ਲੋਕਾਂ 'ਤੇ ਜਿਨ੍ਹਾਂ ਨੂੰ ਇਹ ਵੰਡਣਾ ਚਾਹੁੰਦੇ ਨੇ ਮਾਲ ਡੰਗਰਾਂ ਵਾਂਗਰ, ਉਹਨਾਂ ਦੇ ਵਿੱਚ ਤਾਕਤ ਔਰ ਪੈਸਾ ਨਹੀਂ ਵੰਡਣਾ ਚਾਹੁੰਦੇ, ਇਖਤਿਆਰ ਨਹੀਂ ਵੰਡਣਾ ਚਾਹੁੰਦੇ, ਬਲਕਿ ਉਹਨਾਂ ਨੂੰ ਆਪਸ ਦੇ ਵਿੱਚ ਮਾਲ ਡੰਗਰਾਂ ਵਾਂਗ ਵੰਡ ਕੇ, ਅਤੇ ਉੱਥੇ ਕਹਿੰਦੇ ਨੇ ਉਹਨਾਂ ਨੂੰ ਇਹ ਲਾਲਚ ਦੇ ਰਹੇ ਨੇ ਕਿ ਇਸ ਤਰੀਕੇ ਨਾਲ ਕਰਾਂਗੇ। ਅੱਛਾ ਜੀ, ਤਾਂ ਬਲਕਿ ਸੈਂਟਰ 'ਚ ਵੀ ਜਨੂਬੀ ਪੰਜਾਬ ਕੇ ਤਲਬਾ ਔਰ ਤਲਬਾਤ ਮੇ ਟੈਲੈਂਟ ਮੌਜੂਦ ਹੈ,
مگر پنجاب کی ترقی یافتہ اضلاع کی طرح یہاں کے طلبہ اور طالبات کو جدید سہولتیں میسر نہ ہونے کی وجہ سے مقابلہ کے امتحانات میں ترقی یافتہ اضلاع کی طلبہ اور طالبات آگے نکل جاتے ہیں۔ اس طرح یہاں کے کسان اور محنت کش لوگ، اب طلبہ اور طالبات سب جگہ تھے، اس طرح اپرچونیٹیز دیو نا، اتنے یونیورسٹیز کالجز ہر چیز بناؤ، کون کہندا نہ بناؤ، کنے بنانے سن، تسی لوگوں نے بنانے سن، تسی لوگوں نے نہیں بنائے، کیوں نہیں بنائے، تھوڑے کو کوشچن ہونا چاہیے۔ اور یہ جڑی ہے زونل زونز بنا کے اتنے جڑی نے سیٹاں تقسیم ہونی چاہیے نے، جڑیاں امپلائمنٹ جڑی ہے وہ واسطے پنجاب دے زون بنا کے، جس طرح دوسرے صوبے چاہے اتنے بھی زونل کوٹا جڑا ہے زونز بن جان، وہ انہوں دیا سیٹاں ہون اتنے دیا، چاہے وہ ایڈمیشن دے پروفیشنل کالجز یعنی جی یونیورسٹیاں دے میڈیکل انجینئرنگ اور دوسرے انہوں دیا ہر زون دیا سیٹاں ہون، کسی نہ کسی نہ مسئلہ ہی نہ ہوئے، وہ سیٹاں اتنے ہی رہن، اور اتھے دے لوگوں اتھے دے لوگ صرف اتھے جڑا انہوں اپرچونیٹی ملے، اس طرح امپلائمنٹ بھی ہے۔ تو اس طرح یہ جڑا ہے گل بڑی سمپل جی ہے، یہ تھی مطلب اس طریقے اور نہ کرنے والے تھی لوگ، اس طرح یہاں کے کسان اور محنت کش لوگ اپنے مسائل کے حل کے لیے لاہور تک سفر کرتے ہیں، تو نہ کرا دیو نا سفر، انہوں دے جڑے تھی جڑی اتھارٹی اور سارا جڑا ہے وہ تھلے لیول تک انہوں اپنا ڈیوالو کرو نا، انہوں کر کے جڑا ہے اتنے کے یونین کونسل تک انہوں کے مسئلے حل کرنے واسطے پٹواری اور سارے اتنے بیٹھ، وہ جتنے بھی انہوں کے مسئلے نے اتنے کورٹس کھلنے اتنے، یعنی ہر چیز تو اتنے ادارے کھلے ہیں، انہوں نے فردر جڑا ہے انہوں سینسٹائز کیا جائے، انہوں نے فعال کیا جائے، انہوں جڑا ہے اتنے امپاور کر کے ادارے اتنے وہ چیزوں اتنے گل تو امپاور کر دی ہے، بلڈنگ بنا کا کوئی فائدہ نہیں کہ بلڈنگ بنا لیتے جی یہ کہتا جی یہ مسئلہ حل ہو گیا، بلڈنگ یا جڑا ایک اوکھڑا کرن نال اودے نال مسئلے تھوڑی حل ہوندے نے، مسئلے تاں حل ہوندے نے لوگاں نوں انہاں دا جڑا ادارے آندے لوگاں نوں امپاور کر کے اوتھے دے اوتھے، تاکہ لوگاں نوں ٹریول ہی نہ کرنا پوے، لاہور تک کیوں کرنا پے، لاہور دے جڑے سبرب دے لوگ نے انہاں نوں لاہور دے اندر نہ آنا پوے، ہر جگہ تے جڑا ہے چیزاں جڑیاں نے انہاں دے لوگاں دے ڈور سٹیپ تے جان تے وہ چیزاں خود حل ہو جان گیاں۔ اگے لکھتے ہیں جنوبی پنجاب کے صوبہ بننے سے صوبائی دارالحکومت قریب تر ہونے سے تمام صوبائی سرکاری محکمہ جات سے متعلق مسائل احسن طریقے سے حل ہوں گے، میں پہلے عرض کرتی کہ انہوں نے ڈور سے اور دور دراز کے سفر سے نجات مل جائے گی۔ دوسری طرف قابل اور ذہین طلباء و طالبات کو اعلیٰ سرکاری نوکری میں سہولت میسر آ جائے گی، جس سے بیرون روزگاری میں خاتمے میں مدد ملے گی، تو اس طریقے نہ مدد ملے گی جس طرح میں پہلے عرض کی تھی، نہ کہ صوبے تسی بنا کے تھے تو یہ جڑا ہے اپنی رولنگ اپرچونیٹیز بتا کے تھے لوگوں جڑا انہوں ہور نت پا لو۔ تونسا براج کی تعمیر کے وقت جنوبی پنجاب کے پسماندہ ترین علاقے راجن پور اور ڈیرہ غازی خان کے لیے نہری پانی کا جو حصہ مختص کیا گیا جو آج تک فراہم نہیں کیا گیا، اس طرح تونسا براج سے کچھی کنال کو نکالا جا رہا ہے جو ڈیرہ غازی خان راجن پور سے گزر کر سندھ اور بلوچستان کو پانی فراہم کرنے کے لیے ہے، اس طرح اس میں سے اگر پانی کا کچھ حصہ ڈیرہ غازی خان اور راجن پور کے ضلع کو دے دیا جائے تو نہ صرف راجن پور کی تمام اراضی کشمیر سندھ تک آباد کرنے سے کسان خوشحال ہوں گے بلکہ حکومت ریونیو میں بھی اضافہ ہوگا۔ اچھا جی، یہ تونسا براج اور یہ گلیں کر رہے ہیں کہ پانی اتنے آنا چاہیے اور اتنے جڑی ہے انہوں نے پانی کے حصہ ملنا چاہیے، تو یہ پہلے کا فیصلہ کرنا کہ راجن پور اور ڈیرہ غازی خان جڑا ہے یہ بلوچستان ریپرزینٹ کر رہے ہیں یا پنجاب کی ریپرزنٹیشن اتنے مانگ رہے ہیں، اگر بلوچستان اگر پنجاب والوں مانگ رہے ہیں تو پنجاب کے جڑے حصے کا پانی ہے وہ واسطے انہوں لوگوں نے ہی گل کرنی سی سندھ کے پی کے اور بلوچستان کے لوگوں یعنی اتنے کے ریپرزنٹیٹیوز نال کہ اِسی جڑا اتنے اور پنجاب دے وچ بھی جڑا پانی دی ایکویٹیبل جڑی وہ ہے جڑی انہوں دی ونڈ ہے وہ واسطے بھی انہوں لوگوں نے یہ تو آپ تو انہوں نے جڑا ہے وہ نہروں کے اتنے پائے نے پیپ چاہے وہ سندھ نے چاہے یہ لوگ نے اور انہوں دیا زمینوں تو پانی کھلا ملتا ہے لیکن جڑا ٹیل دا یا دوسرا جڑا ماڑا زمیندار ہے چھوٹا نکا زمیندار ہے انہوں تو بچارے پانی جڑا ہے انہوں پانی کتنے ملتا ہے تو یہ جڑا ہے وہ اس گل تو جڑا اکیڈمیکلی کون انکار کر رہا ہے کہ جڑی یہ لکھ رہے ہیں کہ جی یہ پانی دے نال یہ تو صرف نعرے بازی ہے اگے کی لکھتے ہیں اچھا جی اچھا لیکن اس طرح صبح میں اچھا جی اتنے کی ہاں لیکن اس طرح صوبوں میں تقسیم نہ ہونے کی وجہ سے پنجنت کی سرزمین نہ تو مکمل طور پر آباد ہو سکی اور نہ تو سب راج سے ضرورت کا پانی مہیا کیا جا سکا۔ جنوبی پنجاب کے الگ صوبہ کے قیام سے الگ فنڈ مختص ہوں گے، الگ نہری پانی کا کوٹا مختص ہوگا جس سے کسان اور عوام خوشحال ہوں گے۔ ہاں دیکھو نا ہوں تھی گل کی پانی کا جڑا پانی کا کوٹا پنجاب دے حصے ہے وہ پھر کی کرنگے تین صوبے بنا کے
ਇਹ ਕਹਿ ਰਹੇ ਸਨ ਨਾ ਕਿ ਜੀ ਅਸੀਂ ਤਿੰਨ ਸੂਬੇ ਜਿਹੜੇ ਨੇ, ਹੁਣ ਚਾਰ ਸੂਬੇ ਦੇ ਵਿੱਚ ਪੰਜਾਬ ਦਾ ਹਿੱਸਾ ਜਿਹੜਾ ਦੂਸਰੇ ਸੂਬੇ ਦੇ ਮੁਤਾਬਿਕ ਹੋਏਗਾ, ਯਾਨੀ ਉਹ ਸ਼ੇਅਰ ਬਣਦਾ ਹੈ। ਲੇਕਿਨ ਜਦੋਂ ਪੰਜਾਬ ਦੇ ਅਗਰ ਤਿੰਨ ਸੂਬੇ ਬਣਾਉਂਦੇ ਹੋ ਜਾਂ ਤਿੰਨ ਤੋਂ ਜ਼ਿਆਦਾ ਬਣਾਉਂਦੇ ਹੋ, ਤਾਂ ਫਿਰ ਉਸ ਤੋਂ ਬਾਅਦ ਕੀ ਹੋਏਗਾ, ਹਰ ਸੂਬਾ ਐਨ ਐਫ ਸੀ ਦੇ ਵਿੱਚੋਂ ਔਰ ਉਹਦੇ ਵਿੱਚੋਂ ਪਾਣੀ ਔਰ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣਾ ਸ਼ੇਅਰ ਮੰਗੇਗਾ। ਤਾਂ ਜਦੋਂ ਮੰਗੇਗਾ ਤਾਂ ਬਾਕੀ ਸੂਬਿਆਂ ਦਾ ਹਿੱਸਾ ਕੱਟੇਗਾ ਨਾ, ਉਹਨਾਂ ਦਾ ਤੁਹਾਨੂੰ ਹੁਣ ਫਿਕਰ ਨਹੀਂ ਹੈ ਇੱਥੇ, ਯਾਨੀ ਸਿੰਧ ਦਾ, ਬਲੋਚਿਸਤਾਨ ਦਾ ਔਰ ਕੇ ਪੀ ਕੇ ਦਾ ਜਿਹੜਾ ਸ਼ੇਅਰ ਹੈ ਪਾਣੀ ਦੇ ਵਿੱਚ ਔਰ ਐਨ ਐਫ ਸੀ ਦੇ ਵਿੱਚ ਬਾਕੀ ਚੀਜ਼ਾਂ ਦੇ ਵਿੱਚ, ਉਹ ਜਦੋਂ ਪੰਜਾਬ ਦੇ ਤਿੰਨ ਜਾਂ ਚਾਰ ਜਾਂ ਪੰਜ ਜਿੰਨੇ ਸੂਬੇ ਤੁਸੀਂ ਬਣਾਉਣਾ ਚਾਹੁੰਦੇ ਹੋ ਬਣਾ ਕੇ, ਤਾਂ ਉਹਨਾਂ ਦਾ ਪਾਣੀ ਔਰ ਉਹਨਾਂ ਦਾ ਐਨ ਐਫ ਸੀ ਦੇ ਵਿੱਚ ਸ਼ੇਅਰ ਤੁਸੀਂ ਵੱਖਰੇ ਵੱਖਰੇ ਨਹੀਂ ਲੈ ਕੇ ਚਲੇ ਜਾਓਗੇ, ਤਾਂ ਉਹਨਾਂ ਦਾ ਸ਼ੇਅਰ ਘੱਟ ਗਿਆ ਔਰ ਪੰਜਾਬ ਦੇ ਇਹਨਾਂ ਸੂਬਿਆਂ ਦੇ ਉੱਤੇ ਜਿਹੜੇ ਰੂਲਿੰਗ ਲੀਡ ਹੈ, ਤੁਸੀਂ ਲੋਕ ਜਿਹੜੇ ਬੈਠੇ ਹੋ ਪਰ ਪੰਜਾਬ ਤੋਂ ਲੈ ਕੇ ਔਰ ਸੈਂਟਰਲ ਔਰ ਸਾਊਥ ਪੰਜਾਬ ਤੱਕ, ਲੋਅਰ ਪੰਜਾਬ ਤੱਕ, ਤੁਸੀਂ ਸਾਰੇ ਜਿਹੜੇ ਰੂਲਿੰਗ ਲੀਡ ਦੇ ਜਿਹੜੇ ਉਹ ਥੋੜ੍ਹੀਆਂ ਜੇਬਾਂ ਭਰਨਗੀਆਂ। ਅਤੇ ਸ਼ੇਅਰ ਕਿਹਦਾ ਗਿਆ? ਸ਼ੇਅਰ ਗਿਆ ਸਿੰਧ ਦਾ, ਸ਼ੇਅਰ ਗਿਆ ਬਲੋਚਿਸਤਾਨ ਦਾ, ਸ਼ੇਅਰ ਗਿਆ ਕੇ ਪੀ ਕੇ ਦਾ, ਅਤੇ ਇਹ ਅਲਟੀਮੇਟਲੀ ਤਾਂ ਉਹਨਾਂ ਦਾ ਨੁਕਸਾਨ ਹੈ। ਅੱਛਾ, ਅੱਗੇ ਕਹਿ ਰਹੇ, ਮੁਜਵਜ਼ਾ ਤਜਵੀਜ਼ ਕੇ ਬਾਅਦ ਇਨਕੇ ਨਾਮੋਂ ਕਾ ਮਸਲਾ ਹੋਗਾ, ਸ਼ੁਮਾਲੀ ਪੰਜਾਬ ਕਾ ਨਾਮ ਪਟਵਾਰ ਕਾ ਰੱਖਾ ਜਾਏ, ਜੋ ਕਿ ਗੈਰ ਮਤਨਾਜ਼ਾ ਹੈ, ਜੋ ਕਿ ਇਸ ਤਰ੍ਹਾਂ ਭਾਰਤ ਕੇ ਸੂਬਾ ਹਿਮਾਚਲ ਪ੍ਰਦੇਸ਼ ਕਾ ਮੁਤਬਾਦਲ ਔਰ ਪਹਾੜੀ ਇਲਾਕਾ ਹੋਈ, ਯਾਨੀ ਉਹੀ ਜਿਹੜੀ UPITN ਜਿਹੜਾ ਨਾ ਉਹ ਸਕ੍ਰਿਪਟ ਜਿਹੜਾ ਇੱਥੇ ਦੱਸ ਰਹੇ ਨੇ ਕਿ ਉਹਦੇ 'ਚ ਕੋਈ ਫਾਇਦਾ, ਉਹਦੇ 'ਚ ਕੋਈ ਨੁਕਸਾਨ ਨਹੀਂ ਹੈ, ਉਹੀ ਰੱਖੋ ਤਾਂ ਕਿ ਹਿਮਾਚਲ ਪ੍ਰਦੇਸ਼ ਉੱਥੇ ਬਣਾ ਦਿੱਤਾ, ਇੱਥੇ ਉਹ ਵੀ ਜਿਹੜਾ ਉਹਦਾ ਜਿਹੜਾ ਜਿਹੜੀ ਉੱਥੇ ਦੀ ਲੈਂਡਸਕੇਪ ਹੈ ਉਹ ਦੱਸ ਰਿਹਾ ਕਿ ਉਹ ਵੀ ਪਹਾੜੀ ਇਲਾਕਾ ਹੈ, ਇਹ ਵੀ ਪਹਾੜੀ ਇਲਾਕਾ ਹੈ, ਪਲੈਟੂ ਇੱਕ ਕਿਸਮ ਦਾ, ਅਤੇ ਉਹਦੇ ਨਾਲ ਰਲਦਾ ਹੈ, ਤਾਂ ਇੱਥੇ ਕੋਈ ਮਸਲਾ ਨਹੀਂ। ਉਹ ਇੱਥੇ ਪਟਵਾਰ ਛੱਡ ਕੇ ਤੁਸੀਂ ਜਿਹੜਾ ਮਰਜ਼ੀ ਨਾ ਰੱਖ ਦਿਉ, ਕੁੱਤਾ ਬਿੱਲਾ ਜੋ ਵੀ, ਅਤੇ ਇੱਥੇ ਕਿਸੇ ਨੇ ਨਹੀਂ ਇਤਰਾਜ਼ ਕਰਨਾ, ਤੁਹਾਡੇ ਵਾਸਤੇ ਗਰਾਊਂਡ ਖੁੱਲ੍ਹੇ ਨੇ, ਜਿਸ ਤਰ੍ਹਾਂ ਮਰਜ਼ੀ ਕਰੋ। ਇਹ ਤਾਂ ਬਈ ਤੁਸੀਂ ਜੋ ਕਰੋਗੇ ਪੰਜਾਬ 'ਚ ਕਿਸੇ ਨੇ ਨਹੀਂ ਬੋਲਣਾ। ਇਸੇ ਤਰ੍ਹਾਂ ਪੰਜਾਬ ਕਾ ਨਾਮ ਗੈਰ ਮਤਨਾਜ਼ਾ ਹੈ, ਹਾਂ ਜੀ ਤੁਹਾਡੇ ਫੈਸਲੇ ਨੇ, ਪੰਜਾਬ ਕਾ ਨਾਮ ਗੈਰ ਮਤਨਾਜ਼ਾ ਹੈ, ਯਹ ਨਾਮ ਜ਼ਹੀਰੁਦੀਨ ਬਾਬਰ ਮੁਗਲ ਬਾਦਸ਼ਾਹ ਨੇ ਇਸ ਇਲਾਕੇ ਕੋ ਦੀਆ ਥਾ, ਜੋ ਦੋ ਅਲਫਾਜ਼ ਪੰਜਾਬ ਪਰ ਮਬਨੀ ਰਹਾ, ਯਹ ਫਾਰਸੀ ਕਾ ਲਫਜ਼ ਹੈ, ਜਿਸ ਪੰਜ ਸੇ ਮੁਰਾਦ ਪੰਜ ਔਰ ਆਪਕਾ ਮਤਲਬ ਪਾਣੀ, ਯਾਨੀ ਪਾਂਚ ਦਰਿਆਓਂ ਕੀ ਸਰਜ਼ਮੀਨ ਹੈ, ਯਹ ਪੰਜਾਬ ਪਾਂਚ ਪੰਜਾਬ ਕੇ ਮਸ਼ਹੂਰ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਜੇਹਲਮ ਹੈ, ਜੋ ਇਸਕੇ ਖਿੱਤਾ ਕੀ ਹਰਿਆਲੀ ਕਾ ਮੌਜਬ ਹੈ। ਇੱਥੇ ਤਾਂ ਮਾਸ਼ਾਅੱਲਾ ਤੁਸੀਂ ਆਪਣੀ ਗੱਲ ਮਤਲਬ ਮੰਨ ਰਹੇ ਹੋ, ਇਹ ਇੱਕ ਤੁਹਾਨੂੰ ਸ਼ਾਬਾਸ਼ ਦਾਂਗਾ ਕਿ ਤੁਸੀਂ ਇਰਰੀਫਿਊਟੇਬਲ ਜਿਹੜਾ ਇੱਕ ਉਹ ਹਿਸਟੋਰੀਕਲ ਇੱਕ ਰੈਫਰੈਂਸ ਦਿੱਤਾ ਹੈ, ਅਤੇ ਉਹ ਜਿੱਦਾਂ ਪੰਜ ਦਰਿਆਵਾਂ ਦੀ ਸ਼ਕਲ 'ਚ, ਹੁਣ ਪੰਜ ਦਰਿਆ ਤੁਸੀਂ ਅਗਰ ਪੂਰ ਦਿੰਦੇ ਤਾਂ ਚਲੋ ਕੋਈ, ਫਿਰ ਤੁਸੀਂ ਹੋਰ ਕੋਈ ਤੁਹਾਡੇ ਯਾਨੀ ਜਿਹੜੇ ਅਗਰ ਬਵਾਸ ਦੇ ਵਿੱਚ ਹੁੰਦਾ ਕਿ ਪੰਜ ਦਰਿਆ ਸਾਰੇ ਦੇ ਸਾਰੇ ਪੂਰ ਕੇ, ਫਿਰ ਕਹੋ ਜੀ ਦਰਿਆ ਵਜੂਦ ਨਹੀਂ ਰੱਖਦੇ ਸੀ, ਇਹ ਦਰਿਆਵਾਂ ਦੀ ਜ਼ਰਜ਼ਮੀਨ ਨਹੀਂ, ਇਹ ਝੂਠ ਹੈ ਸਭ ਘੜਿਆ ਇਹਨਾਂ ਨੇ। ਲੇਕਿਨ ਚਲੋ ਮਿਹਰਬਾਨੀ, ਤੁਸੀਂ ਮੰਨ ਲਿਆ, ਤੁਸੀਂ ਡਾਢੇ ਲੋਕ। ਅੱਗੇ ਕਹਿੰਦੇ ਨੇ 1849 ਦੇ ਵਿੱਚ ਦੂਸਰੀ ਸਿੱਖੋ ਕੀ ਜੰਗ, ਹਾਂ ਪੰਜਾਬੀਆਂ ਦੀ ਜੰਗ ਨਾ ਲਿਖਣਾ, ਸਿੱਖੋ ਕੀ ਜੰਗ, ਦੂਸਰੀ ਸਿੱਖੋ ਕੀ ਜੰਗ, ਯਾਨੀ ਹਿਸਟਰੀ ਦੇ ਵਿੱਚ ਤੁਸੀਂ ਬੁੱਕ ਚੁੱਕ ਕੇ ਦੇਖ ਲਓ, ਜਿੰਨੇ ਵੀ ਬ੍ਰਿਟਿਸ਼ ਰਾਈਟਰ ਨੇ, ਜਿਹੜੇ ਇੱਥੇ ਦੇ ਸਾਡੇ ਰਾਈਟਰਸ ਨੇ ਇੰਡੀਅਨ ਔਰ ਪਾਕਿਸਤਾਨ ਦੇ, ਇਹ ਸਿੱਖਾਂ ਦੀ ਜੰਗ ਕਹਿੰਦੇ ਨੇ, ਫਸਟ ਸਿੱਖ ਵਾਰ ਹੈ, ਸਿੱਖ ਅਫਗਾਨ ਵਾਰ, ਸਿੱਖ ਐਂਗਲੋ ਇੰਡੀਅਨ ਅਫ ਵਾਰ, ਇਸ ਤਰ੍ਹਾਂ ਦੀ ਇਹ ਲਿਖਦੇ ਨੇ, ਅਤੇ ਯਾਨੀ ਇਹਨਾਂ ਨੂੰ ਪੰਜਾਬੀ ਲਿਖਦਿਆਂ ਹੋਇਆਂ ਸਭ ਨੂੰ ਤਕਲੀਫ ਹੁੰਦੀ ਹੈ। ਸਿੱਖੋ ਕੀ ਜੰਗ ਕੇ ਬਾਅਦ ਜਬ ਅੰਗਰੇਜ਼ੋ ਨੇ ਪੂਰੀ ਸਿੱਖ ਰਿਆਸਤ ਬਸ਼ਮੂਲ ਸੂਬਾ ਸਰਹੱਦ ਔਰ ਜੰਮੂ ਕਸ਼ਮੀਰ ਪਰ ਕਬਜ਼ਾ ਕੀਆ, ਤਾਂ ਜੰਮੂ ਕਸ਼ਮੀਰ ਕੋ ਵੇਚਣੇ ਕੇ ਬਾਅਦ ਬਾਕੀ ਮਾਂਦਾ ਪੂਰੇ ਮਕਬੂਜ਼ਾ ਇਲਾਕੇ ਕਾ ਨਾਮ ਪੰਜਾਬ ਰੱਖਾ। ਅੱਛਾ, ਮਕਬੂਜ਼ਾ ਇਲਾਕਾ ਜਾਂ ਜਿਹੜਾ ਕਬਜ਼ੇ ਖਤਮ ਕਰਨ ਵਾਲੇ ਇਲਾਕੇ, ਯਾਨੀ ਪੰਜਾਬੀਆਂ ਨੇ ਆਪਣੇ ਇਲਾਕਿਆਂ 'ਤੇ ਕਬਜ਼ੇ ਖਤਮ ਕਰਾਏ, ਯਾਨੀ ਜਿਹੜਾ ਜਿਤਨੇ ਵੀ ਹੈ ਜਿਹੜਾ ਕੇ ਪੀ ਕੇ ਦਾ ਜਿਹੜਾ ਇਲਾਕਾ, ਯਾਨੀ ਜਿਹੜਾ ਇੰਟਰਵਿਊ ਸਭ ਦਾ ਨਾਂ ਸੀ ਇਹਦਾ, ਔਰ ਜੰਮੂ ਕਸ਼ਮੀਰ, ਉੱਥੇ ਤਾਂ ਕਬਜ਼ੇ ਸਨ ਦੂਸਰਿਆਂ ਦੇ, ਉਹਨਾਂ ਦੇ ਖਤਮ ਕਰਾਇਆ ਗਿਆ। ਇਸ ਤਰ੍ਹਾਂ ਹੀ 1935 ਕੇ ਇੰਡੀਅਨ ਐਕਟ ਕੇ ਤਹਿਤ ਸੂਬਾ ਸਰਹੱਦ ਕੋ ਪੰਜਾਬ ਸੇ ਅਲੱਗ ਕਰਕੇ ਮੁਕੰਮਲ ਸੂਬਾ ਬਣਾਇਆ ਗਿਆ, ਮਗਰ ਇਸਮੇਂ ਰਿਆਸਤ ਭਾਗਲਪੁਰ ਸ਼ਾਮਿਲ ਨਾ ਥੀ। ਅੱਛਾ, ਉਹ ਸੂਬਾ ਸਰਹੱਦ ਬਣਾਇਆ ਤਾਂ ਉਹ ਪੰਜਾਬ ਦੇ ਇਲਾਕੇ ਸ਼ਾਮਿਲ, ਬਿਲਕੁਲ ਪੰਜਾਬ ਦੇ ਇਲਾਕੇ ਸ਼ਾਮਿਲ ਕੀਤੇ ਨਾ ਵਾਪਸ ਉਹਦੇ ਵਿੱਚ, ਔਰ ਪਠਾਣਾ ਦੇ ਨਾਲ ਪਠਾਣਾ ਨੂੰ ਕੁਛ ਇਲਾਕੇ ਉਹਨਾਂ ਦੇ ਸ਼ਾਮਿਲ ਕਰਕੇ, ਨਾਲ ਪੰਜਾਬ ਤੋਂ ਵੱਡਾ ਜਿਹੜੀ ਬੈਲਟ ਸ਼ਾਮਿਲ ਕਰਕੇ, ਅਤੇ ਉਹਨੂੰ ਬ੍ਰਿਟਿਸ਼ ਨੇ ਆਪਣੀ ਇੱਕ ਡਿਫੈਂਸ ਲਾਈਨ ਬਣਾਇਆ ਉਸ ਖਤਰੇ ਤੋਂ ਜਿਹੜਾ ਇਹਨਾਂ ਨੂੰ ਸੋਵੀਅਤ ਯੂਨੀਅਨ ਨਹੀਂ ਉਸ ਵੇਲੇ ਦਾ USSR ਕੋਲੋਂ ਸੀ, ਵਾਈਟ ਬੀਅਰ ਜਿਹਨੂੰ ਕਹਿੰਦੇ ਨੇ ਉਹਦੇ ਕੋਲੋਂ ਸੀ, ਅਤੇ ਉਸ ਚਿੱਟੇ ਰਿੱਚ ਕੋਲੋਂ ਬਚਣ ਵਾਸਤੇ ਉਹਨਾਂ ਨੇ ਇਹ ਕੰਮ ਕੀਤਾ ਸੀ ਕਿ ਪੰਜਾਬ ਨੂੰ ਹੀ ਕੱਟ ਕੇ ਅਤੇ ਇਹਦੇ ਵਿੱਚ ਸੂਬਾ ਕੱਢਿਆ, ਸਰਹੱਦ ਵੀ ਉਹਨਾਂ ਨੇ ਨਾਂ ਰੱਖ ਦਿੱਤਾ, ਫਰੰਟੀਅਰ ਯਾਨੀ ਉਹਨਾਂ ਦਾ ਫਰੰਟੀਅਰ ਸੀ ਉਹ।
مگر اس میں ریاست بہاولپور شامل نہ تھی. اچھا انہوں کلی ریاست بہاولپور یاد ہے, ہو ریاست نہیں یاد, بہاولپور دے نال جڑی ایڈجسٹنٹ سندھ دی ریاست ہے خیرپور وہ نہیں یاد, ہو اس طرح پیچھے بتھیریاں ریاستاں نے جڑیاں انہوں نے نہیں یاد آ رہی. پنجاب سمٹ کر موجودہ پنجاب مشرقی اور مغربی رہا. اس طرح اب اگر وسطی پنجاب کو پنجاب یا صوبہ لاہور کا نام دے دیا جائے تو یہ مسئلہ بھی حل ہو سکتا ہے. اسی طرح اگر آبی وسائل کو ہی صوبے کے نام کا وجہ تسمیہ بنایا جائے تو حقیقی پنجاب ہی بنتا ہے, کیونکہ یہ پانچوں دریا نہ صرف اس خطے میں بہتے ہیں بلکہ یہی پنجنات کے مقام ضلع مظفرگڑھ پر اکٹھے ہوتے ہیں. اچھا شکر ہے نا, دیکھو یہ جڑی ایک گراؤنڈ ریالٹی, وہ پانچ دریا جڑے صدیاں دے اتنے وگ رہے ہیں انہوں نے پورت سکتے نہیں, تو پھر انہوں مننا پہنتا ہاں یار پنجنات جڑا ہے اس ریجن چ نا پنجنات ضلع مظفرگڑھ, یہ جڑا مظفر خان درانی کے نام تو گڑھ رکھا ہے نا انہوں نے مظفر گڑھ, یہ مظفر درانی جڑا سی افغان سدوزئی پٹھان حملہوران کا جڑا اولاد ہے اس علاقے دے وچ اکٹھے ہوندے نے اور یہی علاقہ پنجاب ہے. تو یہ انہوں شاباش ہے کہ انہوں نے اپنے بلوچ خون جڑا انہوں کا بولیا ہے تو انہوں نے اس گل منیا کہ جڑا ہے وہ جڑا کہ وہ مظفر گڑھ اکٹھے ہوندے نے تو یہ ہسٹوریکل نام جڑا ہے پنجاب ہی بنتا ہے. یعنی میں رپیٹ کردہ اسی طرح اگر آبی وسائل کو ہی صوبے کے نام کا وجہ تسمیہ بنایا جائے تو حقیقی پنجاب ہی بنتا ہے, کیونکہ یہ پانچ دریا نہ صرف اس خطے میں بہتے ہیں بلکہ یہی پنجنت کے مقام ضلع مظفرگڑھ پر اکٹھے ہوتے ہیں. جہلم اور چناب کا سنگم ہیڈ تریمو کے قریب ضلع جھنگ ہے, جبکہ چوکی مونا تحصیل کبیر والا ضلع خانے وال مرابی سے مل جاتا ہے, اور پھر یہ تینوں دریا ملتان کو عبور کرتے ہوئے ہیڈ پنجنت کے مقام پر جنوب سے آنے والے دریا بیاس اور ستلج میں ضم ہو جاتے ہیں. ٹھیک ہے جی, یہ وہی دازتی انہوں نے کہ ریزن کی یہ پانچ دریا کتنے کتنے. اس طرح یہ خطہ حقیقی پنجاب ہے, بالکل حقیقی. دیکھو یہ بڑا ایک ڈاکومنٹ جڑا پروف واسطے یعنی یہ جڑا انہوں نے بنایا ہے یہ ہوں یہ سرائکی صوبہ چاہتے ہیں تو ٹڈوں تک چاہتے ہیں سرائکی صوبہ بنے, اور کہتے بھی نہیں کہ جی سرائکی اتنے بولی جاتی ہے جنہوں وکری زبان نے ڈکلیئر کرتے ہیں یا پینٹ کرتے ہیں, لیکن ایکچولی جڑا ہے وہ پنجاب ہے. ظاہری گل ہسٹوریکلی پنجاب ہے تو اتنے رہنے والے جڑے لوگ نے وہ پنجابی نے, اور انہوں نے ہوں وہ میڈیا کے زور سے جتنا کلاسرا ایک اتنے سوشل میڈیا سے کمنٹ لکھے رہا ہے میں پڑھ رہا سی کہ مینوں زبرستی میں سرائکی ہوں, مینوں زبرستی کوئی پنجابی کس طرح کہہ سکتا ہے. اچھا پنجاب سے تو رہ رہے ہیں ایس اپنا انہوں نے مزاری صاحب نے جڑی ہسٹری بیان کی ہے, تو بلوچستان چ کوئی رہ رہا ہوئے اور اپنے آپ کو بلوچستان بلوچ نہ آکے اور اتھے دے سارے ریسورسز اور اتھے دی ساری وہ بلوچوں رہن دین گے یا سندھ دے وچ اس طرح ہوئے, تو پنجاب سے کیونکہ تو رہ رہے ہیں پنجاب دے وچ رہ کے تو ساری پچھلی ساری ہسٹری اور اس گراؤنڈ ریالٹی نو تو انکار کر رہے ہیں, اور اسی اور مزے کی گل ہے تیرا انکار جڑا ہے وہ پیچھے پوری ریاست دی سکسٹیز تو لے کے ہن تک ون سائڈڈ دہشت گردانہ قسم دی جڑی ہے وہ پروپیگنڈا اور جڑی کمپین ہے وہ چلی ہے. اس دہشت گردانہ کمپین دے وچ اس دہشت گردی ریاستی دہشت گردی دے وچ تو سانوں بھی دہشت کرنا چاہ دہشت زیادہ کرنا چاہ رہے ہیں کہ اسی بھی منہ چپ کر جائیے بولیے نا کہ جڑے اتنے لوگ رہ رہے ہیں پنجابی نے, یعنی عام پنجابی نے تو سوچنا تو نہیں ڈک سکتا نا. اگر تینوں سو کال تیرا ڈیموکریٹک جڑا ڈیموکریٹک رائٹ نہیں ہے تیرے وہ پیچھے 60 سال دی ریاستی دہشت گردی اور ریاست دی پوری ہن تک تیری سپورٹ ہے جنوں جدی بےزت ہے تو اپنے آپ کو سرائکی ڈکلیئر کر رہے ہیں, اسی پھر بھی اس دہشت گردی نوں اور اس ریاست دی جی ون سائڈڈ جڑی ہے تیری جڑی پالیسی ریاست دی اودے وچ اسی انو اگنور کر کے اسی تیری ڈیموکریٹک اس رائٹ نوں مان لئیے تے ڈیموکریٹک رائٹ ساڈا پھر نہیں بندا, یعنی دوسرے سائڈ والے دا اونی ڈیموکریٹک رائٹ نہیں ہے کہ او تینوں یا جڑا انہاں دے علاقے دے وچ یا انہاں دی ترتی دے وچ جڑا لوگ رہ رہے نے انہاں نوں کی کس ناں تو پکارن. توں اپنی جڑی بولی انو سرائکی کہہ سکدا تے میں انو پنجابی نہیں کہہ سکدا, تو میرا بھی اتنا ہی ڈیموکریٹک رائٹ ہے نا کہ میں انہوں پنجابی کہاں, اس گل تے تینوں اگ لگتی ہے تینوں یا تیرے جڑے وڈے نے, پھر تسی لوگ جڑا ہے بلاک کر دیو یا اپنے کمنٹس بند کر دیو, یعنی تیری بدماشی چلتی رہے تو بدماشی تسی لوگوں نے وہ اپنے ریاستی میڈیا کے ذریعے اور ریاستی جڑے ادارے نے انہوں کے ذریعے اج تک کیتی اور کر رہے ہو 60 سال تو, لیکن وہ حقیقت عام بندے دے سامنے جدو آدی ہے. ہوں یہ میں مزاری صاحب نے اس گل کے اتنے شاباش دینا اور میں انہوں نے سلوٹ کردہ کہ انہوں نے میں
ਅਰਜ਼ ਕੀਤੀ ਨਾ ਕਿ ਜਿਹੜਾ ਅਸਲ ਬਲੋਚ ਖੂਨ ਹੈ, ਜਿਹੜਾ ਅਸਲ ਬਲੋਚਿਸਤਾਨ ਦਾ ਬਲੋਚ ਹੈ, ਜਿਹੜਾ ਆਪਣੀ ਧਰਤੀ ਔਰ ਆਪਣੇ ਉਹਦੇ ਨਾਲ ਪਿਆਰ ਕਰਦਾ, ਕਲਚਰ ਨਾਲ, ਰੀਤ ਨਾਲ, ਉਹ ਤਾਂ ਇਸ ਗੱਲ ਨੂੰ ਸਮਝਦਾ ਔਰ ਉਹਦੇ ਅੰਦਰੋਂ ਸੱਚ ਨਿਕਲਦਾ ਕਿ ਬਈ ਜਿਸ ਤਰ੍ਹਾਂ ਸਾਡੇ ਬਲੋਚਾਂ ਦੇ ਵਿੱਚ ਉਹਨਾਂ ਦੀ ਜੀਓਗ੍ਰਾਫੀ ਇਤਨੀ ਵੱਡੀ 53% ਤੋਂ ਉੱਤੇ ਜਿਹੜੀ ਇਸ ਫੈਡਰੇਸ਼ਨ ਦਾ ਹਿੱਸਾ ਨੇ, ਉਹਨਾਂ ਦੇ ਵਿੱਚ ਮਲਟੀਪਲ ਐਥਨਿਕ ਔਰ ਲਿੰਗਵਿਸਟਿਕ ਲੋਕ ਰਹਿੰਦੇ ਨੇ ਜਿਹੜੇ ਬਲੋਚ ਨੇ, ਔਰ ਬਿਲਕੁਲ ਉਹਨਾਂ ਦਾ ਬਲੋਚ ਕੌਮੀਅਤ ਦਾ ਹਿੱਸਾ ਨੇ, ਇੰਟੈਗਰਲ ਪਾਰਟ ਨੇ। ਅਤੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਤਾਂ ਉਹ ਇਤਨੀ ਡਾਇਵਰਸਿਟੀ, ਉਸ ਕਿਸਮ ਦੀ ਡਿਫਰੈਂਸਿਸ ਹੈ ਹੀ ਨਹੀਂ, ਔਰ ਜਿਹੜੇ ਡਾਇਲੈਕਟੀਕਲ ਡਿਫਰੈਂਸਿਸ ਨੇ ਉਹਨਾਂ ਨੂੰ ਇਹ ਦਰਿਆ ਔਰ ਇਹ ਜੁਗਰਾਫੀ ਔਰ ਧਰਤੀ ਜਿਹੜੀ ਹੈ, ਜਿਸ ਤਰ੍ਹਾਂ ਇਹਨਾਂ ਨੇ ਬਿਆਨ ਕੀਤੀ ਕਿ ਪੰਜ ਦਰਿਆ ਔਰ ਜਿੱਥੇ ਰਲਦੇ ਨੇ ਉਹ ਉਹਨੂੰ ਖਤਮ, ਔਰ ਅਸਲ ਪੰਜਾਬ ਹੀ ਹੈ, ਯਾਨੀ ਸੂਬਾ ਪੰਜਨਤ ਜਿਹੜਾ ਹੈ ਔਰ ਜਨੂਬੀ ਪੰਜਾਬ ਜਿਹੜਾ ਉਹ ਅਸਲ ਦੇ ਵਿੱਚ ਪੰਜਾਬ ਦਾ ਨਾਂ ਜਿਹੜਾ ਬਣਿਆ ਔਰ ਜੰਮਿਆ ਉੱਥੋਂ ਹੈ। ਤਾਂ ਉਹਨੂੰ ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਇਨਕਾਰ ਕਰ ਸਕਦੇ ਹੋ? ਔਰ ਫਿਰ ਇੱਕ ਪਾਸੇ ਕਹਿਣਾ ਕਿ ਡੈਮੋਕ੍ਰੈਟਿਕਲੀ ਮੈਨੂੰ ਕੋਈ ਨਾ ਡੱਕੇ ਕਿ ਮੇਰਾ ਨਾਂ ਜਿਹੜਾ ਹੈ ਸਰਾਇਕੀ ਮੈਂ ਆਪਣਾ ਲਿਖਦਾ, ਅਤੇ ਦੂਸਰਿਆਂ ਨੂੰ ਵੀ ਓਪਰਚੁਨਿਟੀ, ਗਰਾਊਂਡ ਲੈਵਲ ਪਲੇਇੰਗ ਫੀਲਡ ਜਿਹੜਾ ਉਤਨਾ ਹੀ ਦੇਣਾ ਚਾਹੀਦਾ ਨਾ। ਮੈਨੂੰ ਤਾਂ ਲੈਵਲ ਪਲੇਇੰਗ ਫੀਲਡ ਜਿਹੜਾ ਮਿਲਿਆ ਹੀ ਨਹੀਂ 60 ਸਾਲ ਤੋਂ। 60 ਸਾਲ ਤੋਂ ਮੈਨੂੰ, ਮੇਰੀ ਤਾਂ ਆਵਾਜ਼ ਕਿਸੇ ਫੋਰਮ 'ਤੇ ਵੀ ਨਹੀਂ ਆਈ। ਉਹ ਜਿਹੜਾ ਤੇਰੇ ਨਾਲ ਬੈਠਾ ਮਤੀਨ ਜਿਹੜਾ ਟਟਹਿਰੀ ਜਿਹੜੀ ਹੈ ਉਹ ਲੱਗੀ ਹੈ ਕਿ ਉਹ ਜਿਹੜਾ ਜੀ ਇਸ ਤਰ੍ਹਾਂ ਇਹ ਜਿਹੜਾ ਇਹਨਾਂ ਨੂੰ ਉਹ ਇਹਨਾਂ ਨੂੰ ਇਹ ਲੋਕ ਬੋਲਦੇ ਰਹੇ ਨੇ ਪੰਜਾਬੀ ਜਿਹੜੀ ਆਵਾਜ਼ ਹੈ ਪੰਜਾਬ। ਉਹ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਕੀ ਤਰਾਸ ਹੋ ਸਕਦਾ ਕਿ ਪੰਜਾਬੀ ਕਹਿੰਦੇ ਨੇ? ਇਹ ਤਾਂ ਇਹ ਦਹਿਸ਼ਤ ਦੀ ਕਿਸਮ ਕਿ ਤੁਸੀਂ ਲੋਕਾਂ ਨੂੰ ਆਪਣੀ ਜਾਇਦਾਦ, ਆਪਣਾ ਹਿੱਸਾ ਜਿਹੜਾ ਲੋਕਾਂ ਦੇ ਨਾਲ ਲੈਜੀਟੀਮੇਟ ਜਿਹੜਾ ਸ਼ਰਈ ਹਿੱਸਾ ਤੁਸੀਂ ਉਹ ਲੋਕ ਤਕਸੀਮ ਨਹੀਂ ਕਰਦੇ, ਧੀਆਂ ਨੂੰ ਪੈਸੇ ਆਪਣੇ ਜਾਇਦਾਦਾਂ 'ਚੋਂ ਹਿੱਸਾ ਨਹੀਂ ਦਿੰਦੇ, ਆਮ ਲੋਕਾਂ ਦਾ, ਭਰਾਵਾਂ ਨੂੰ, ਧੀਆਂ, ਉਹਨਾਂ ਦਾ ਹਿੱਸੇ ਪੀਂਦੇ ਹੋ, ਅਤੇ ਉੱਥੇ ਤੁਹਾਨੂੰ ਨਹੀਂ ਯਾਦ ਆਉਂਦਾ ਇਖਲਾਕ ਔਰ ਕੋਈ ਵੀ ਚੀਜ਼ ਔਰ ਕਾਨੂੰਨ। ਔਰ ਇੱਥੇ ਜਦੋਂ ਪੰਜਾਬ ਦੀ ਗੱਲ ਆ ਜਾਏ, ਨਹੀਂ ਨਹੀਂ 3-30 ਬਣਾ ਦਿਉ, ਕਿਉਂ ਉਹਦੇ ਪਿੱਛੇ ਕਿਉਂ ਪੁੱਛਣ ਵਾਲਾ ਕੋਈ ਨਹੀਂ? ਕਿਉਂਕਿ ਤੁਸੀਂ ਡਾਇਰੈਕਟ ਆਪਣੇ ਆਪ ਨੂੰ ਸਮਝਦੇ ਹੋ ਕਿ ਤੁਸੀਂ ਇਫੈਕਟਿਵ ਦੇ ਵਿੱਚੋਂ ਨਹੀਂ ਹੋਵੋਗੇ, ਹਾਲਾਂਕਿ ਅਲਟੀਮੇਟਲੀ ਤੁਹਾਡੀਆਂ ਨਸਲਾਂ ਹੀ ਜਿਹੜੀਆਂ ਇਫੈਕਟਿਵ ਹੋਣਗੀਆਂ, ਲੇਕਿਨ ਤੁਹਾਨੂੰ ਉਸ ਧਰਤੀ ਦਾ, ਉਸ ਧਰਤੀ ਮਾਂ ਦਾ ਕੋਈ ਕਦਰ ਹੀ ਨਹੀਂ। ਅਤੇ ਤੁਸੀਂ ਕਹਿੰਦੇ ਬਸ ਜਿਹੜਾ ਫੋਰ ਦਾ ਟਾਈਮ ਬੀਂਗ ਜੋ ਮੈਨੂੰ ਬੈਨੀਫਿਟ ਮਿਲ ਰਹੇ ਨੇ ਇਸ ਗੱਲ ਕਰਨ ਨਾਲ, ਅਤੇ ਮੈਂ ਜਿਹੜਾ ਇਹ ਗੱਲ ਕਰ ਦੇਵਾਂ ਸੋਚੇ ਸਮਝੇ ਬਗੈਰ। ਇਹਨੂੰ ਕਹਿੰਦੇ ਨੇ ਇੰਟਲੈਕਚੁਅਲ ਡਿਸਓਨੈਸਟੀ। ਅਤੇ ਇੱਥੇ ਜਿਹੜਾ ਹੈ ਇਹਨਾਂ ਨੂੰ ਮੈਂ ਮਜ਼ਾਰੀ ਸਾਹਿਬ ਨੂੰ ਸ਼ਾਬਾਸ਼ ਦਾਂਗਾ ਕਿ ਇੱਥੇ ਹੁਣ ਇਹ ਬਣੇ ਨੇ ਉਸ ਸੂਬੇ ਦੇ ਹੈੱਡ, ਪੰਜਾਬ ਨੂੰ ਜਿਹੜਾ ਵੰਡ ਦੀ ਗੱਲ ਕਰ ਰਿਹਾ। ਲੇਕਿਨ ਇੱਥੇ ਇਹ ਜਿਹੜੀ ਰਾਈਟਿੰਗ ਇਹਦੇ ਵਿੱਚ ਸਾਫ਼ ਲਿਖਦੇ ਨੇ ਕਿ ਅਗਰ ਜਿਹੜਾ ਵਜ੍ਹਾ ਤਸਮੀਆਂ ਔਰ ਵਾਕਈ ਵਜ੍ਹਾ ਤਸਮੀਆਂ ਪੰਜਾਬ, ਯਾਨੀ ਪੰਜ ਦਰਿਆਵਾਂ ਤੋਂ ਬਣਿਆ, ਔਰ ਜਿਹੜੇ ਇੱਥੇ ਰਲਦੇ ਨੇ ਮੁਜ਼ੱਫਰਗੜ ਦੇ ਕੋਲ ਆ ਕੇ, ਔਰ ਪੰਜ ਨਾਂ ਦੇ ਹਿਸਟੋਰੀਕਲ ਨਾਂ ਹੈ, ਤਾਂ ਇਹ ਇਸ ਗੱਲ ਦੀ ਦਲੀਲ ਹੈ ਬਹੁਤ ਵੱਡੀ ਕਿ ਇਹ ਪੰਜਾਬ ਦੀ ਵੰਡ ਦਾ ਇਹ ਜਿਹੜਾ ਸ਼ੋਸ਼ਾ ਛੱਡਿਆ ਜਾ ਰਿਹਾ, ਇਹ ਤਾਂ ਹੋਣਾ ਹੀ ਨਹੀਂ ਚਾਹੀਦਾ। ਔਰ ਜਿਹੜੀ ਪੰਜਾਬ ਦੀ ਜਿਹੜੀ ਪੰਜਾਬ ਦੇ ਵਿੱਚ ਜਿਹੜੀਆਂ ਨਵੀਆਂ ਨਵੀਆਂ ਸ਼ਨਾਖਤਾਂ ਘੜੀਆਂ ਜਾ ਰਹੀਆਂ ਨੇ, ਅਤੇ ਉਹ ਜਿਹੜੀਆਂ 60 ਸਾਲ ਤੋਂ ਘੜੀਆਂ ਜਾ ਰਹੀਆਂ ਨੇ, ਅਤੇ ਉਹਨਾਂ ਦੇ ਵਿੱਚ ਇਹ ਆਵਾਜ਼ ਜਿਹੜੀ ਹੈ, ਇਹ ਜਿਹੜੀ ਸੋਸ਼ਲ ਮੀਡੀਆ 'ਤੇ ਰਾਈਟਿੰਗਸ ਔਰ ਜਿਹੜੀਆਂ ਚੀਜ਼ਾਂ ਨੇ, ਖੁਦ ਇਸ ਚੀਜ਼ ਨੂੰ ਦੇਖ ਲਓ ਦਲੀਲ ਬਣ ਰਹੀਆਂ ਨੇ। ਅੱਗੇ ਲਿਖਦੇ ਨੇ, ਮੇਰੀ ਰਾਏ ਮੇਂ 3 ਮਹਿਕਮਾ ਜਾਤ ਕੇ ਸੈਕਟਰੀ ਸਾਹਿਬਾਨ ਕੇ ਦਫਾਤਰ ਫੌਰੀ ਤੌਰ ਪਰ ਮੁਲਤਾਨ, ਡੇਰਾ ਗਾਜ਼ੀ ਖਾਨ ਔਰ ਬਹਾਵਲਪੁਰ ਡਿਵੀਜ਼ਨ ਨੂੰ ਮੁੰਤਕਿਲ ਕੀਤੇ ਜਾਏ, ਜਿਵੇਂ ਆਪਾਸ਼ੀ ਫਾਈਨਾਂਸ ਕਮਿਸ਼ਨ ਕਮਿਊਨੀਕੇਸ਼ਨ ਐਂਡ ਵਰਕਸ ਕੋ ਇਨ 3 ਡਿਵੀਜ਼ਨਸ ਮੇਂ ਸ਼ਿਫਟ ਕੀਆ ਜਾਏ, ਤਾਂਕਿ ਜਨੂਬੀ ਪੰਜਾਬ ਕੇ ਆਵਾਮ ਕੇ ਸਫ਼ਰ ਕੀ ਤਕਲੀਫ ਕਾ ਅੰਦਾਜ਼ਾ ਅਪਰ ਪੰਜਾਬ ਔਰ ਇਸਲਾਮਾਬਾਦ ਕੇ ਆਵਾਮ ਕੋ ਹੋ ਔਰ ਫਿਰ ਲਾਹੌਰ ਇਸਲਾਮਾਬਾਦ ਕੇ ਜ਼ਿੰਮੇਦਾਰਾਂ ਕੋ ਵੀ ਅਹਿਸਾਸ ਹੋਗਾ। ਬਿਲਕੁਲ ਸਹੀ, ਅਸੀਂ ਐਗਰੀ ਕਰਦੇ ਹਾਂ ਕਿ ਮੈਂ ਤਾਂ ਪਹਿਲੇ ਪਿੱਟ ਰਿਹਾ ਕਿ ਜਿਹੜੇ ਜਿਤਨੇ ਆਫਿਸਿਸ ਨੇ, ਜਿਤਨੀ ਅਥਾਰਟੀ ਹੈ ਔਰ ਲੋਅਰ ਲੈਵਲ ਤੱਕ, ਬਲਕਿ ਉਹ ਤਹਿਸੀਲਾਂ ਕੀ ਯੂਨੀਅਨ ਕੌਂਸਲ ਲੈਵਲ ਤੱਕ ਤਕਸੀਮ ਹੋਣੀ ਚਾਹੀਦੀ, ਲੋਕਾਂ ਨੂੰ ਦੂਰ ਜਾਣਾ ਹੀ ਨਾ ਪਵੇ, ਆਪਣੇ ਡੋਰ ਸਟੈਪਸ ਹਰ ਚੀਜ਼ ਹੋਵੇ। ਹੁਕਮਰਾਨੀ ਕਾ ਅਸਲ ਮਕਸਦ ਆਵਾਮ ਕੀ ਤਕਾਲੀਫ ਕੋ ਖਤਮ ਕਰਨਾ ਹੈ, ਨਾ ਕਿ ਬੜੇ ਇਲਾਕੇ ਕੀ ਹਕੂਮਤ ਕਰਨਾ ਹੈ। ਅਗਰ ਇਸੀ ਤਰ੍ਹਾਂ ਸੇ ਮੁਜਵਜ਼ਾ ਤਕਸੀਮ ਸੇ ਹੁਕਮਰਾਨੋਂ ਕੋ ਆਵਾਮ ਕੇ ਨਜ਼ਦੀਕ ਬੈਠ ਕਰ ਉਨਕੇ ਮਾਮਲਾਤ ਔਰ ਦੁੱਖੋਂ ਕੋ ਸਮਝਣੇ ਮੇਂ ਆਸਾਨੀ ਹੋਗੀ ਔਰ ਇਲਾਕੇ ਆਵਾਮ ਕੋ ਹੁਕਮਰਾਨੋਂ ਤੱਕ ਪਹੁੰਚਣੇ ਮੇਂ ਰਸਾਈ ਮਿਲੇਗੀ, ਪੰਜਾਬ ਕੀ ਤਕਸੀਮ ਫੈਡਰੇਸ਼ਨ ਕੋ ਮਜ਼ਬੂਤ ਕਰੇਗੀ। ਵੀ ਤਕਸੀਮ ਜਿਹੜੀ ਹੈ, ਜਿਸ ਤਰ੍ਹਾਂ ਤੁਸੀਂ ਫਾਦਰ ਦੀ ਕੀਤੀ, ਮੈਂ ਇਹ ਕਹਿ ਰਿਹਾ ਅਥਾਰਟੀ ਦੀ ਔਰ ਬਜਟ ਦੀ ਇਕੁਇਟੇਬਲ ਹੋਵੇ, ਬਰਾਬਰ ਹੋਵੇ, ਲੋਕਾਂ ਦੇ ਡੋਰ ਸਟੈਪਸ 'ਤੇ ਉਹਨਾਂ ਨੂੰ ਚੀਜ਼ਾਂ ਮਿਲਣ, ਔਰ ਜਦਕਿ ਇਹ ਜਿਹੜੀ ਹੈ ਲੋਕਾਂ ਦੀ ਤਕਸੀਮ ਜਾਂ ਇਲਾਕੇ ਦੀ ਤਕਸੀਮ ਜਿਹੜੀ ਹੈ ਹੁਕਮਰਾਨਾਂ ਦੇ ਦਰਮਿਆਨ ਨਾ ਹੋਵੇ। ਇਸ ਤਕਸੀਮ ਦੇ ਨਾਲ ਫੈਡਰੇਸ਼ਨ ਨੂੰ ਤੁਸੀਂ ਲਿਖ ਰਹੇ ਹੋ ਫਾਇਦਾ ਹੋਏਗਾ, ਮਜ਼ਬੂਤ ਹੋਏਗੀ, ਮੈਂ ਕਹਿੰਦਾ ਫੈਡਰੇਸ਼ਨ ਕਮਜ਼ੋਰ ਹੋਏਗੀ। ਪੰਜਾਬ ਦੀ ਰੂਲਿੰਗ ਲੀਡ ਦੀ ਮਰਕਜ਼ ਦੇ ਵਿੱਚ ਬਦਮਾਸ਼ੀ ਵਧੇਗੀ, ਔਰ ਉਸ ਬਦਮਾਸ਼ੀ ਦੀ ਮੈਂ ਪਹਿਲੇ ਡਿਟੇਲ ਦੇ ਵਿੱਚ ਬਿਆਨ ਕੀਤਾ, ਪਹਿਲੇ ਵੀ ਜਿਹੜੀਆਂ ਮੇਰੀਆਂ ਟਾਕਸ ਨੇ ਉਹਦੇ ਵਿੱਚ ਵੀ, ਔਰ ਇੱਥੇ ਵੀ ਦਲੀਲ ਨਾਲ ਗੱਲ ਕੀਤੀ ਹੈ ਕਿ ਉਹ ਜਿਹੜੀ ਬਦਮਾਸ਼ੀ ਵਧਣ ਦਾ ਬੜਾ ਸਿੰਪਲ ਜਿਹਾ ਮੈਥਮੈਟਿਕਲੀ ਮੈਂ ਦੱਸ ਦਿੱਤਾ ਕਿਸ ਤਰੀਕੇ ਨਾਲ ਵੱਧਦੀ ਹੈ, ਔਰ ਤੁਸੀਂ ਲੋਕ ਕਿਸ ਤਰੀਕੇ ਨਾਲ ਇਹਨੂੰ
ਬਦਮਾਸ਼ੀ ਵਧਣਾ ਜ਼ਾਹਰੀ ਗੱਲ ਹੈ ਕਿ ਉਹ ਜਿਹੜੇ ਦੂਸਰੇ ਸੂਬੇ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਫੈਡਰੇਸ਼ਨ ਦੇ ਖਿਲਾਫ਼ ਹੋ ਰਿਹਾ, ਨਫ਼ਰਤ ਵਧੇਗੀ ਔਰ ਇਹ ਫੈਡਰੇਸ਼ਨ ਖਤਮ ਹੋਏਗੀ, ਫੈਡਰੇਸ਼ਨ ਜਿਹੜੀ ਹੈ ਤੁਸੀਂ ਉਹਨੂੰ ਮੁਕਾਉਣ ਦੇ ਪਿੱਛੇ ਲੱਗੇ ਹੋ। ਔਰ ਸੂਬਾਈ ਲਸਾਨੀ ਔਰ ਇਲਾਕੇ ਤਸਬੀਅਤ ਖਤਮ ਹੋ ਗਈ। ਭਾਈ ਸੂਬਾਈ ਲਸਾਨੀ ਤਸਬੀਅਤ ਤਾਂ ਤੁਸੀਂ ਪੈਦਾ ਕਰ ਰਹੇ ਹੋ, ਜਿਹੜੀ ਪੰਜਾਬ ਦੇ ਵਿੱਚ ਜਦੋਂ ਤੁਸੀਂ ਪੈਦਾ ਕਰ ਰਹੇ ਤਾਂ ਦੂਸਰੇ ਸੂਬੇ 'ਚ ਤਾਂ ਨੈਚੁਰਲੀ ਉਹ ਫਰਦਰ ਇਮਰਜ ਹੋਏਗੀ। ਉਹ ਪਲੂਰਲਿਸਟਿਕ ਸੁਸਾਇਟੀਜ਼ ਜਿਹੜੀ ਪੰਜਾਬ ਦੀ ਆਈਡੀਅਲੀ ਪਲੂਰਲਿਸਟਿਕ ਸੁਸਾਇਟੀ ਹੈ, ਜਿੱਥੇ ਕਦੀ ਵੀ ਈਵਨ 47 ਜਿਹੜਾ ਮਜ਼ਹਬੀ ਫਸਾਦ ਹੈ ਉਸ ਤੋਂ ਪਹਿਲੇ ਤੁਸੀਂ ਚੁੱਕ ਕੇ ਦੇਖ ਲਓ, ਕੁਛ 1849 ਦੀ ਜਿਹੜੀ ਉਰਦੂ ਦੀ ਇੰਪੋਜੀਸ਼ਨ ਇੱਥੇ ਹੁੰਦੀ ਹੈ ਉਸ ਤੋਂ ਪਹਿਲੇ ਵੀ ਇੱਥੇ ਜਿਹੜਾ ਕਮਿਊਨਲ ਵਾਇਲੈਂਸ ਜਿਹੜਾ ਮਜ਼ਹਬੀ ਗਰਾਊਂਡ ਉੱਤੇ ਕਦੀ ਵੀ ਨਹੀਂ ਰਿਹਾ। ਚੁੱਕ ਕੇ ਦੇਖ ਲਓ ਹਿਸਟਰੀ, ਅਗਰ ਮੈਂ ਗਲਤ ਕਹਿ ਰਿਹਾ ਕੋਈ ਇੱਕ ਮੈਨੂੰ ਮਿਸਾਲ ਕੋਈ ਦੇ ਦੇਵੇ ਕਿ ਪੰਜਾਬ ਦੇ ਵਿੱਚ ਕੋਈ ਇਸ ਕਿਸਮ ਦੇ ਫਸਾਦਾਤ ਹੋਏ ਹੋਣ ਕਿ ਸਿੱਖ ਔਰ ਮੁਸਲਿਮ ਜਾਂ ਹਿੰਦੂ ਮੁਸਲਿਮ ਜਾਂ ਸਿੱਖ ਜਾਂ ਇਹ ਆਪਸ 'ਚ ਕਮਿਊਨਿਟੀਜ਼ ਇਸ ਤਰ੍ਹਾਂ ਲੜੀਆਂ ਹੋਣ। ਫਿਰ ਮਗਰੋਂ ਜਿਹੜਾ ਦਿਨਾਂ ਦੇ ਵਿੱਚ ਤੁਸੀਂ ਇਹ ਕੰਮ ਕੀਤੇ ਤੁਹਾਡੇ ਵੱਡਿਆਂ ਨੇ, ਯੂ ਪੀ ਆਈ ਟੀ ਐਨਸ ਨੇ, ਔਰ ਪੰਜਾਬ ਵੰਡ ਦਿੱਤਾ ਗਿਆ। ਚਲੋ ਜੀ ਵੰਡਿਆ ਗਿਆ, ਚਲੋ ਠੀਕ ਹੈ, ਖੇ ਪਾਓ ਕਿਹਨੂੰ ਕਹਿੰਦੇ ਨੇ, ਮਿੱਟੀ ਪਾਓ। ਹੁਣ ਜੋ ਹੁਣ ਅਸੀਂ ਮੁਸਲਮਾਨ ਭਰਾਵਾਂ ਦੇ ਵਿੱਚ ਰਹਿ ਰਹੇ ਹਾਂ, ਹੈਂ, ਔਰ ਮੁਸਲਮਾਨ ਸਾਡੇ ਗੁਆਂਢੀ ਨੇ ਫੈਡਰੇਸ਼ਨ 'ਚ ਦੂਸਰੀਆਂ ਕੌਮਾਂ ਜਿਹੜੀਆਂ ਨੇ, ਔਰ 1940 ਦੀ ਰੈਜੋਲਿਊਸ਼ਨ ਤੋਂ ਲੈ ਕੇ ਪੂਰੀ ਜਿਹੜੀ ਕੰਪੇਨ ਹੈ ਪਾਕਿਸਤਾਨ ਦੀ ਇਹਦੇ ਵਿੱਚ ਜਿਹੜੀਆਂ ਕੌਮਾਂ ਦੇ ਨਾਂ ਆਉਂਦੇ ਨੇ ਜਗ੍ਹਾ ਜਗ੍ਹਾ 'ਤੇ, ਇਹੀ ਚਾਰ ਕੌਮਾਂ ਨੇ ਔਰ ਪੰਜਵੀਂ ਜਿਹੜੀ ਬੰਗਾਲ, ਇਹ ਸਟੇਟਸ ਦੇ ਇਹਨਾਂ ਸਟੇਟਸ ਦੇ ਨਾਂ ਆਉਂਦੇ ਨੇ। ਉੱਥੇ ਕੋਈ ਸਰਾਇਕੀ ਔਰ ਕੋਈ ਪਟਵਾਰੀ ਔਰ ਕੋਈ ਇਸ ਕਿਸਮ ਦੇ ਨਹੀਂ, ਕਿਉਂਕਿ ਉਹ ਹੁਣ ਤੱਕ ਜਿਹੜਾ ਬਾਚਾ ਖਾਨ ਦੀ ਤੁਸੀਂ ਕਲਿਪ ਚੁੱਕ ਲਓ ਔਰ ਖੈਰਬਖਸ਼ ਮਰੀ ਸਾਹਿਬ ਦੇ ਚੁੱਕ ਲਓ ਔਰ ਇਹਨਾਂ ਦੇ, ਉਹ ਸਭ ਇਸ ਚੀਜ਼ ਨੂੰ ਦੱਸਦੇ ਨੇ। ਕੌਨਫਿਗਰੇਸ਼ਨ ਪਤਾ ਲੱਗਦੀ ਹੈ ਇੱਥੇ ਦੀ ਕਿ ਇੱਥੇ ਦੀ ਜਿਹੜੀਆਂ ਕੌਮਾਂ ਦੀ ਕੌਨਫਿਗਰੇਸ਼ਨ ਕੀ ਹੈ, ਇੱਥੇ ਦੀ ਰੂਲਿੰਗ ਲੀਡ ਦੀ ਕੀ ਹੈ, ਉਹ ਸਾਰਾ ਸਾਨੂੰ ਪਤਾ ਲੱਗਦਾ। ਉਹ 'ਚ ਹੁਣ ਤੁਸੀਂ ਨਵੀਆਂ ਕੌਮਾਂ ਜਿਹੜੀਆਂ ਜਿਹੜੀਆਂ ਕੱਲ੍ਹ ਤੱਕ ਜਿਨ੍ਹਾਂ ਦਾ ਵਜੂਦ ਨਹੀਂ ਸੀ ਉਹ ਇੱਥੇ ਕੱਢ ਰਹੇ, ਤਾਂ ਸੂਬਾਈ ਲਸਾਨੀਅਤ ਔਰ ਉਸ ਇਲਾਕਾਈ ਅਸਬੀਅਤ ਦੀ ਬੇਸਿਸ 'ਤੇ ਕੱਢ ਰਹੇ ਹੋ ਨਾ, ਉਹਨਾਂ ਕੌਮਾਂ ਦਾ ਤਾਂ ਵਜੂਦ ਹੀ ਨਹੀਂ ਸੀ ਪਲੂਰਲਿਸਟਿਕ। ਦੂਸਰੇ ਜਿਹੜੇ ਇੱਥੇ ਐਂਟੀਟੀਜ਼ ਨੇ ਸਿੰਧ ਔਰ ਬਲੂਸਤਾਨ ਔਰ ਉਹਨਾਂ ਦੇ ਵਿੱਚ ਤਾਂ ਇਹ ਚੀਜ਼ਾਂ ਜ਼ਿਆਦਾ ਮੌਜੂਦ ਨੇ, ਤੁਸੀਂ ਉੱਥੇ ਵੀ ਫਸਾਦ ਕਰਾਉਣਾ ਚਾਹੁੰਦੇ ਹੋ ਇਸ ਕਿਸਮ ਦਾ, ਅਤੇ ਇਹ ਸੂਬਾਈ ਲਸਾਨੀ ਔਰ ਇਲਾਕਾਈ ਅਸਬੀਅਤ ਖਤਮ ਨਹੀਂ ਬਲਕਿ ਲਸਾਨੀ ਔਰ ਇਲਾਕਾਈ ਅਸਬੀਅਤ ਨੂੰ ਵਧਾਉਂਦੀ ਹੈ, ਔਰ ਇਹਦੇ ਨਾਲ ਪਾਕਿਸਤਾਨ ਰਹੇਗਾ ਹੀ ਨਹੀਂ ਤਾਂ ਖੁਸ਼ਹਾਲ ਕਿੱਥੋਂ ਹੋਏਗਾ। ਅਤੇ ਇਹ ਗੱਲ ਨੂੰ ਜਿਹੜਾ ਮੈਂ ਕਰਨਾ ਸੀ, ਉਮੀਦ ਹੈ ਕਿ ਸੱਜਣ ਜਿਹੜੀ ਹੈ ਇਸ ਗੱਲ 'ਤੇ ਗੌਰ ਕਰਨਗੇ, ਔਰ ਫਿਰ ਇਨਸ਼ਾਅੱਲਾ ਨੈਕਸਟ ਕਿਸੇ ਟਾਕ ਦੇ ਵਿੱਚ ਗੱਲ ਕਰਾਂਗੇ।